ਤੇਰੀ ਛੰਦ ਇੱਕ ਦਿਨ ਚੜਿਓ ਸੋ ਜਵਰ ਹਰ ਗੋਬਿੰਦ ਤਬ ਰੇ ਪੋੜ ਚਿਤ ਮਾਤ ਚਿੰਦ ਪੁਨ ਦਿਵਸ ਤੀਸਰੇ ਭੀ ਦਿਖਾਏ ਜੇ ਨਾਮ ਸੀਤਲਾ ਜਗਤ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕਿ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰਤਾਈਆਂ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਬਾਲਪਨੇ ਦੀ ਬਾਲ ਲੀਲਾ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਨੇ। ਇੱਥੇ ਕੁਝ ਸਮਾਂ ਰਹਿ ਕੇ ਸਤਿਗੁਰਾਂ ਨੇ ਬਤੀਤ ਕੀਤਾ ਹੈ। ਬਾਲ ਰੂਪ ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗੁਰੂ ਕੇ ਮਹਿਲਾਂ ਵਿੱਚ ਲੀਲਾ ਕਰਦੇ ਹਨ। ਸਤਿਗੁਰਾਂ ਦਾ ਪ੍ਰਤਾਪ ਸਤਿਗੁਰਾਂ ਦੀ ਮਹਿਮਾ ਵੇਖ ਕੇ ਸਤਿਗੁਰਾਂ ਦਾ ਤਾਇਆ ਬਾਬਾ ਪ੍ਰਿਥੀ ਚੰਦ ਤੇ ਬੀਬੀ ਕਰਮੋ ਦੋਵੇਂ ਦੁਖਤ ਹੁੰਦੇ ਨੇ। ਇੱਥੋਂ ਤੱਕ ਵੀ ਪ੍ਰਿਥੀ ਚੰਦ ਗੱਲਾਂ ਕਰਦਾ ਹੈ ਕੀ ਹੋਇਆ ਜੇ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਹੋ ਗਿਆ ਹਾਲੇ ਵੱਡਾ ਤਾਂ ਨਹੀਂ ਨਾ ਹੋਇਆ। ਜਿਹੜੇ ਬਾਲਕ ਹੁੰਦੇ ਨੇ ਬੱਚੇ ਹੁੰਦੇ ਨੇ ਉਹਨਾਂ ਨੂੰ ਕਈ ਪ੍ਰਕਾਰ ਦੇ ਰੋਗ ਵੀ ਲੱਗ ਜਾਂਦੇ ਨੇ। ਹੋ ਸਕਦਾ ਇਹਨੂੰ ਵੀ ਸ਼ੀਤਲਾ ਦਾ ਰੋਗ ਚੇਚਕ ਦਾ ਰੋਗ ਲੱਗ ਜਾਏ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਗੁਰੂ ਘਰ ਨਾਲ ਦੁਆਇਸ਼ ਰੱਖਦੇ ਨੇ, ਈਰਖਾ ਰੱਖਦੇ ਨੇ। ਪਰ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿਨ ਪ੍ਰਤੀ ਦਿਨ ਉਮਰਾਂ ਵੱਧ ਰਹੀ ਹੈ, ਉਮਰ ਨਾਲ ਸਰੀਰ ਦੀ ਡੀਲ ਡੋਲ ਵੀ ਵੱਧ ਰਹੀ ਹੈ। 5 ਸਾਲ ਦੀ ਉਮਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਹੋ ਗਈ ਹੈ। ਮਾਤਾ ਗੰਗਾ ਜੀ ਬੜੇ ਸੋਹਣੇ ਵਸਤਰ ਬੜੀ ਸੁੰਦਰ ਦਸਤਾਰ ਸਤਿਗੁਰਾਂ ਦੇ ਸੀਸ ਤੇ ਸਜਾਉਂਦੇ, ਹੱਥਾਂ ਵਿੱਚ ਬੜੇ ਸੋਹਣੇ ਸੋਨੇ ਦੇ ਕੜੇ ਬਣਵਾ ਕੇ ਪਵਾਉਂਦੇ, ਹੀਰਿਆਂ ਨਾਲ ਜੜੇ ਹੋਏ ਜੜਾਊ ਸਹਿਤ ਉਹ ਕੜੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਸ਼ੋਭਨੀਕ ਹੁੰਦੇ ਹਨ। ਬੜੀ ਆਭਾ ਬੜਾ ਪ੍ਰਤਾਪ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਗਟ ਹੋ ਰਿਹਾ ਹੈ। ਦਾਸੀਆਂ ਦਾਸ ਵੇਖ ਕੇ ਸਤਿਗੁਰਾਂ ਦੇ ਸਰੂਪ ਤੋਂ ਬਲਿਹਾਰ ਜਾਂਦੇ ਨੇ। ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਸਿੱਖ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਇਸੇ ਪ੍ਰਕਾਰ ਨਾਲ ਇੱਕ ਖੇਡ ਗੁਰੂ ਘਰ ਵਿੱਚ ਵਰਤੀ ਹੈ। ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਲਪਨੇ ਦਾ ਬਚਪਨ ਦਾ ਇਹ ਪ੍ਰਸੰਗ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿ
गुरु साहिब जियो सतनाम श्री श्री वाहेगुरु साहिब जियो पादड़ी छंद एक दिन चढ़ियो सो ज्वर हर गोविंद। इसे तरह समा बीतदा गया, समा अपनी रफ्तारे अपनी चाले तुरिया चलिया जांदा, इनू कोई नहीं रोकदा, ना किसी दे रोकियां रुकदा है। बड़े आनंद सहित खुशियां सहित समा बीते है। एक दिन दा बचन है कि अचानक जदों श्री गुरु हरगोबिंद साहब जी 5 साल दे होए ते अचनचेत अचानक सतगुरु श्री हरगोबिंद साहब जी दे शरीर नूं ताप चढ़िया, महाराज गुरु हरगोबिंद साहब जी दे शरीर नूं बुखार चढ़िया है। तब रहे पोड़ चित मात चिंद, बुखार बहुत ज्यादा चढ़िया, इन्ना ज्यादा ताप सी शरीर नूं, इतना ज्यादा बुखार सी कि सतगुरु श्री हरगोबिंद साहब जी उठ नहीं सके। ते महाराज जी पलंगे ते ही लेट गए, बुखार ज्यादा सी, ताप ज्यादा सी, उस अदक ज्यादा बुखार करके ताप करके श्री हरगोबिंद साहब जी महाराज जी पलंगे दे उत्ते पौड़ गए, विराजमान हो गए। और माता जी दे मन च बड़ी चिंता हुई। माता गंगा जी ने जदों वेख्या कि श्री हरगोबिंद साहब जी नूं बुखार चढ़ गया, ताप चढ़ गया, तो वेख के माता गंगा जी दे मन च बड़ी भारी चिंता हुई। पुन दिवस तीसरे पी दिखाए, जे नाम सीतला जगत गाए। इसे तरह 3 दिन बीत गए, बुखार दा मोड़ा नहीं पिया, रोज ही बुखार जेड़ा वो होर अधक हुंदा चलिया जा रहा। 2 दिन बीत गए, तीसरे दिन सतगुरु जी दे शरीर ते कुछ दाने कुछ फलुए नजर आने लग पे, जिन्हों लोग शीतला कहिंदे ने कि सतगुरां दे शरीर ते शीतला निकल आई। गुरु हरगोबिंद साहब दे शरीर ते शीतला दे कुछ जेडे चिन्ह सन, निशानियां सन, जिवें शरीर ते दाने हो जांदे ने, अज दे लफजां विच इहनू चेचक दा रोग भी कहिंदे ने। पहला इहनू शीतला दा रोग भी आखदे सन, भी शीतला निकल आई है, माता निकल आई है। उस ढंग नाल श्री हरगोबिंद साहब जी दे शरीर ते तीसरे दिन शीतला दे जेडे चिन्ह ने ओह नजर आउण लगे हन। बहु सघन निकस विस्फोट ब्रिंद, बड़े संघने संघने दाने श्री हरगोबिंद साहब दे सारे शरीर ते नजर आउण लग पे, और ओह दाने पाटन लग पे, फलुए बन के छाले सन, ते छोटे छोटे छाले शरीर दे उत्ते सारे ते जम गए। लाल रंग दे ओह दाने महाराज जी दे सारे शरीर ते 6वें पातशाह जी दे नजर आउण लग पे, बड़े संघने विस्फोट नजर आउण लग पे। को देखत छोट को है बिलंद, और कहिंदे कोई वेखण विच छोटा दाणा लगदा शरीर ते कई वेखण विच बड़े मोटे मोटे दाणे भी निकल आए। कोई छोटे दाणे सन, कोई मोटे वड्डे दाणे सन, कोई ते छोटे छाले निकले ने, किते वड्डे छाले सतगुरु गुरु हरगोबिंद साहब दे शरीर ते ओह नजर आउण लगे हन। इक बार सर्व बा तन सुलाल, एक बार ता सतगुरां दा सारा शरीर लाल सुरख हो गया। 6वें पातशाह दा शीतला दा जदों रोग हुंदा है, उदों जदों सारे शरीर ते दाणे भर जांदे, शरीर सारा लाल सुरख ही हुंदा। 6वें पातशाह जी दा सारा शरीर लाल सुरख हो गया, शरीर ते छोटे वड्डे अनक प्रकार दे दाणे विस्फोट फलुए जिन्हां नूं छाले भी कहिंदे ने, ओ सतगुरां दे नजर आउंदे हन। मैं छूच थान कीने बेहाल, इत्थों तक भी शरीर दा कोई भी हिस्सा खाली नहीं रहा। 6वें पातशाह जी दे शरीर दा कोई भी हिस्सा नहीं बचिया जिथे दाने ना निकले होण, जिथे ओ छोटे छोटे फलुए छाले ना निकले होण, सारे शरीर ते छाले भर गए, सारा शरीर छालिया नाल भर गया, शरीर दा कोई भी हिस्सा खाली नहीं रहा। पोडे प्रियंक पर दिवस रात, रात दिन सतगुरु गुरु हरगोबिंद साहब जी हुण पलंगे ते ही लेटे रहिंदे ने, उठिया नहीं जांदा, शरीर विच ताण नहीं रहण दित्ता इस शीतला ने। ये रोग ही ऐसा है कि दिन रात
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਲਘੇ ਉੱਤੇ ਲੇਟੇ ਰਹਿੰਦੇ ਹਨ। ਵਿਸਫੋਟ ਸਗਨ ਤੇ ਸੋ ਜਗਾਤ, ਔਰ ਜਿਹੜੇ ਵਿਸਫੋਟ ਹੋਏ ਨੇ ਸਤਿਗੁਰਾਂ ਦੇ ਸਰੀਰ ਤੇ ਛਾਲੇ ਹੋਏ ਨੇ, ਉਹਨਾਂ ਛਾਲਿਆਂ ਦੇ ਨਾਲ ਮਹਾਰਾਜ ਜੀ ਦੇ ਸਰੀਰ ਤੇ ਸੋਜਾ ਵੀ ਹੋ ਗਿਆ। ਚਿਹਰੇ ਤੇ, ਹੱਥਾਂ ਤੇ, ਪੈਰਾਂ ਤੇ ਮਹਾਰਾਜ ਜੀ ਦੇ ਸੋਜ ਵੀ ਆ ਗਈ ਹੈ। ਉਹਦੇ ਨਾਲ ਸਰੀਰ ਦੇ ਅੰਗਾਂ ਦੇ ਉੱਤੇ ਸੋਜਾ ਵੀ ਨਜ਼ਰ ਆ ਰਿਹਾ ਹੈ। ਕਰ ਚਰਨ ਧਰਵ ਪਰ ਜੀ ਮਾਏ, ਹੱਥਾਂ ਤੇ ਪੈਰਾਂ ਦੀਆਂ ਤਲੀਆਂ ਵਿੱਚ ਵੀ ਦਾਣੇ ਨਿਕਲ ਆਏ। ਇੰਨੇ ਸੰਘਣੇ ਦਾਣੇ ਨਿਕਲੇ ਨੇ ਸ਼ੀਤਲਾ ਦੇ ਕਿ ਸਤਿਗੁਰਾਂ ਦੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਵੀ ਖਾਲੀ ਨਹੀਂ ਰਹੀਆਂ। ਹੱਥਾਂ ਪੈਰਾਂ ਦੀਆਂ ਤਲੀਆਂ ਵਿੱਚੋਂ ਵੀ ਉਹ ਦਾਣੇ ਨਿਕਲੇ। ਇੱਥੋਂ ਤੱਕ ਕਿ ਛੇਵੇਂ ਪਾਤਸ਼ਾਹ ਜੀ ਦੀ ਜਿਹੜੀ ਜੀਭ ਹੈ ਰਸਨਾ, ਮਹਾਰਾਜ ਜੀ ਦੀ ਜੀਭ ਤੇ ਵੀ ਦਾਣੇ ਨਿਕਲੇ ਹੋਏ ਤੇ ਗਲੇ ਵਿੱਚ ਵੀ ਦਾਣੇ ਨਿਕਲੇ ਹੋਏ। ਗਲਾ ਵੀ ਰੁਕ ਗਿਆ, ਜ਼ੁਬਾਨ ਵੀ ਰੁਕ ਗਈ, ਕੋਈ ਚੀਜ਼ ਹੁਣ ਅੰਦਰ ਵੀ ਨਹੀਂ ਜਾ ਸਕਦੀ। ਜਦੋਂ ਮੂੰਹ ਵਿੱਚ ਤੇ ਗਲੇ ਵਿੱਚ ਦਾਣੇ ਹੋਣ, ਕੋਈ ਵਸਤੂ ਅੰਦਰ ਕਿਵੇਂ ਜਾਣੀ ਸੀ? ਕਹਿੰਦੇ ਸਤਿਗੁਰਾਂ ਦੀ ਜੀਭ ਦੇ ਉੱਤੇ ਵੀ ਕੁਝ ਦਾਣੇ ਨਿਕਲ ਆਏ ਹਨ। ਸਗਨੀ ਕਨੀ ਸੁਖਰ ਚੁੰਚ ਜਾਏ, ਔਰ ਬੜੇ ਸੰਘਣੇ ਦਾਣੇ ਨੇ ਜਿਨ੍ਹਾਂ ਦੀਆਂ ਬੜੀਆਂ ਬਰੀਕ ਚੁੰਝਾਂ, ਲਾਲ ਸੁਰਖ ਚੁੰਝਾਂ ਨੇ। ਜਿਹੜੇ ਦਾਣੇ ਸਰੀਰ ਤੇ ਨਿਕਲੇ ਨੇ ਉਹਨਾਂ ਦੀਆਂ ਬਰੀਕ ਚੁੰਝਾਂ ਨੇ, ਔਰ ਉਹ ਬੜੇ ਭਿਆਨਕ ਚੁੱਭਦੇ ਨੇ। ਉਹਨਾਂ ਦਾ ਸਰੀਰ ਤੇ ਸਾੜਾ ਪੈਂਦਾ, ਸਾਰੇ ਸਰੀਰ ਦੇ ਉੱਤੇ ਉਹ ਚੁੱਭਦੇ ਹਨ। ਲੋਚਨ ਦੋ ਬੀਜ ਮੀਚੇ ਗਏ ਸੋ, ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅੱਖਾਂ ਵਿੱਚ ਵੀ ਜਿਹੜੇ ਉੱਪਰਲੀਆਂ ਪਲਕਾਂ ਨੇ, ਪਲਕਾਂ ਉੱਤੇ ਵੀ ਦਾਣੇ ਨਿਕਲ ਆਏ ਨੇ। ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨੇਤਰ ਮੁੰਦੇ ਗਏ ਨੇ, ਹੁਣ ਅੱਖਾਂ ਵੀ ਖੋਲੀਆਂ ਨਹੀਂ ਜਾਂਦੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਮਿਚ ਗਈਆਂ ਨੇ, ਮਹਾਰਾਜ ਜੀ ਨੇ ਆਪਣੀਆਂ ਅੱਖਾਂ ਵੀ ਬੰਦ ਕਰ ਲਈਆਂ ਹਨ। ਉਹ ਗ੍ਰੰਥ ਨਹੀਂ ਦਿਖ ਯਤ ਨਲੇਸ਼, ਸਤਿਗੁਰੂ ਜੀ ਦੀਆਂ ਅੱਖਾਂ ਉਗੜਦੀਆਂ ਹੀ ਨਹੀਂ, ਕਿਉਂਕਿ ਉਹ ਦਾਣਿਆਂ ਨਾਲ ਅੱਖਾਂ ਵੀ ਭਰ ਗਈਆਂ ਨੇ। ਇਸ ਕਰਕੇ ਅੱਖਾਂ ਉਗੜਦੀਆਂ ਹੀ ਨਹੀਂ ਤੇ ਨਾ ਅੱਖਾਂ ਉਗੜਦੀਆਂ ਨੇ ਤੇ ਨਾ ਹੀ ਕੁਝ ਨਜ਼ਰ ਆਉਂਦਾ। ਸਤਿਗੁਰੂ ਜੀ ਨੇ ਨੇਤਰ ਬਿਲਕੁਲ ਬੰਦ ਕਰ ਲਏ, ਅੱਖਾਂ ਖੋਲਦੇ ਨਹੀਂ। ਰਹਿ ਬੈਠ ਨਿਕਟ ਤਜ ਤੀਰ ਗੰਗ, ਮਾਤਾ ਗੰਗਾ ਜੀ ਬੜੇ ਚਿੰਤਤ ਨੇ, ਬੜੇ ਫਿਕਰਮੰਦ ਨੇ। ਹਰ ਵੇਲੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਮਾਤਾ ਗੰਗਾ ਜੀ ਬੈਠੇ ਰਹਿੰਦੇ, ਕੋਲੋਂ ਕਿਤੇ ਦੂਰ ਨਹੀਂ ਜਾਂਦੇ, ਕੋਲੋਂ ਕਿਤੇ ਪਾਸੇ ਨਹੀਂ ਜਾਂਦੇ। ਹਰ ਵੇਲੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਿਲਕੁਲ ਕੋਲ ਮਾਤਾ ਗੰਗਾ ਜੀ ਬੈਠੇ ਰਹਿੰਦੇ ਹਨ। ਬਹੁ ਬਾਰ ਪੁੱਤਰ ਕੇ ਦੇਖ ਅੰਗ, ਬਾਰ ਬਾਰ ਮਾਤਾ ਜੀ ਆਪਣੇ ਲਾਲ ਸ੍ਰੀ ਹਰਗੋਬਿੰਦ ਸਾਹਿਬ ਦੇ ਅੰਗਾਂ ਵੱਲ ਵੇਖਦੇ, ਕਦੇ ਹੱਥ ਫੜ ਕੇ ਵੇਖਦੇ ਨੇ, ਬਾਹਾਂ ਵੇਖਦੇ ਨੇ, ਕਦੇ ਪੈਰਾਂ ਵੱਲ ਵੇਖਦੇ ਨੇ। ਏਦਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਅੰਗਾਂ ਵੱਲ ਮਾਤਾ ਗੰਗਾ ਜੀ ਬਾਰ ਬਾਰ ਵੇਖ ਕੇ ਬੜੇ ਦੁਖੀ ਹੋ ਰਹੇ ਹਨ। ਜਿਮ ਹੋਵੇ ਸਾਗਰ ਮੈਂ ਜਾਜ, ਕੇਲਾ ਦੇ ਦੀਨ ਸਭ ਕਰ ਸਮਾਜ, ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਪਿਆ ਹੋਵੇ ਔਰ ਉਸ ਜਹਾਜ਼ ਦੇ ਉੱਤੇ ਘਰ ਦਾ ਸਾਰਾ ਸਾਜੋ ਸਮਾਨ ਲੱਦ ਦਿੱਤਾ ਹੋਵੇ। ਸਮੁੰਦਰ ਵਿੱਚ ਜਹਾਜ਼ ਹੋਵੇ ਔਰ ਉਸ ਜਹਾਜ਼ ਦੇ ਵਿੱਚ ਘਰ ਦਾ ਜਿੰਨਾ ਸਮਾਨ ਹੈ, ਜਿੰਨਾ ਸਾਜੋ ਸਮਾਨ ਪਦਾਰਥ ਹੈ, ਸੂਈ ਤੋਂ ਲੈ ਕੇ ਸਾਰੇ ਪਦਾਰਥ ਉਸ ਜਹਾਜ਼ ਦੇ ਵਿੱਚ ਰੱਖ ਕੇ ਲੱਦ ਦਿੱਤੇ ਹੋਣ। ਬੈ ਬਾਯੂ ਕੁਫੇਰੀ ਹੇਰ ਤਾਏ, ਤੇ ਅਚਾਨਕ ਕੁਫੇਰੀ ਹਵਾ ਚੱਲ ਜੇ ਜਿਹੜੀ ਜਹਾਜ਼ ਨੂੰ ਡਾਵਾਂ ਡੋਲ ਕਰ ਦੇ। ਜਹਾਜ਼ ਤੁਰਿਆ ਜਾਂਦਾ ਹੋਵੇ ਤੇ ਅੱਗੋਂ ਕੁਫੇਰੀ ਹਵਾ ਚੱਲ ਪਏ ਤੇ ਜਹਾਜ਼ ਮੰਜ਼ਲ ਤੇ ਲੱਗਣ ਦੀ ਬਜਾਏ, ਕਿਨਾਰੇ ਤੇ ਲੱਗਣ ਦੀ ਬਜਾਏ ਉਹ ਸਮੁੰਦਰ ਦੀ ਮੰਝ ਧਾਰ ਦੇ ਵਿੱਚ ਹੀ ਫਸ ਜਾਵੇ। ਕੁਫੇਰੀ ਹਵਾ ਚੱਲਣ ਨਾਲ ਜਹਾਜ਼ ਸਮੁੰਦਰ ਵਿੱਚ ਰੁਕ ਜਾਵੇ, ਅਟਕ ਜਾਵੇ। ਇੱਕ ਪੁੱਤਰ ਆਸ ਤਿਮ ਚਿੰਤ ਮਾਏ, ਇਸੇ ਤਰ੍ਹਾਂ ਫਿਰ ਇੱਕ ਪ੍ਰਭੂ ਦੀ ਪਰਮੇਸ਼ਰ ਦੀ ਆਸ ਰਹਿ ਜਾਂਦੀ ਹੈ ਮਨ ਚ ਕਿ ਅਕਾਲ ਪੁਰਖ ਹੁਣ ਤੁਸੀਂ ਸਾਡਾ ਜਹਾਜ਼ ਬੰਨੇ ਲਓ। ਇਸੇ ਤਰ੍ਹਾਂ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਵੀ ਹੁਣ ਇੱਕੋ ਆਸ ਹੈ, ਸਾਰਾ ਟੇਕ ਸਾਰਾ ਆਸਰਾ ਸ੍ਰੀ ਹਰਗੋਬਿੰਦ ਸਾਹਿਬ ਤੇ ਹੀ ਸੀ। ਹੁਣ ਹਰਗੋਬਿੰਦ ਸਾਹਿਬ ਜੀ ਹੀ ਬਿਮਾਰ ਹੋ ਗਏ, ਉਹਨਾਂ ਦੇ ਤਨ ਨੂੰ ਤਾਪ ਤੇ ਸ਼ੀਤਲਾ ਨਿਕਲ ਆਈ ਹੈ ਤੇ ਮਾਤਾ ਗੰਗਾ ਜੀ ਦੇ ਮਨ ਚ ਹੁਣ ਬੜੀ ਚਿੰਤਾ, ਬੜਾ ਫਿਕਰ। ਇੱਕ ਹੁਣ ਪਰਮੇਸ਼ਰ ਦੀ ਆਸ ਹੈ,
अकाल पुरख की आस है कि हुण उही आप कृपा करके रखिया करन। तन कुशल करो श्री हर गोविंद, हम बोर बुलेकै सत मनिंद। और माता जी अरदास करदे अकाल पुरख वाहिगुरु परमेश्वर दे चरणा विच कि हे अकाल पुरख जी, कृपा करो मेरे सपुत्र श्री हर गोबिंद साहब जी का शरीर अरोग कर दे, मेरे पुत्र दा चेहरा चंद्रमा जैसा खिड़ आवे, इहदे चेहरे ते फिर पहला वर्गी रौनक निकल आवे, इहदियां अखां मुंदियां गईयां ने, डर यह भी सी कि किते अखां दी रोशनी ना जांदी रहे। यह रोग इतना भयानक है शीतला दा भी जिथे अदक मार पै जाए शरीर दे अंग तक मार के रख दिंदी है। अखां दे उत्ते सतगुरां दे ज्यादा सी शीतला दा जिहड़ा दाने सन जां फलुए सन उह अखां ते ज्यादा सन। इस करके माता जी बड़े चिंतित होकर अरदासां करदे अकाल पुरख, मेरा इको एक पुत्र है जिहदा चंद्रमा जैसा सुंदर मुखड़ा है, आप जी कृपा करो दया करो मेरे पुत्र नूं अरोगताई दी देह अरोगताई दी दात बख्शो। बहुत डर तेरे दे चिंता बिलंद, मम पुत्र एक जन चारु चंद। बड़ा डर रहे ने माता जी, बड़ी भारी चिंता माता जी दे हिरदे विच कि मेरा इको एक पुत्र है जिवें चंद्रमा जैसा सुंदर, जिवें चंद्रमा सुंदर हुंदा है चंद दे समान मेरा पुत्र सुंदर है और इको एक मेरा पुत्र है। जित हमारो गन कुडंब, प्रिया सबन रिदे एक ए अलंब। जिन्ना साडा परिवार है कुटंब है, साडे सारे परिवार नू कुटंब नू श्री हरगोबिंद साहब जी प्यारे ने, श्री हरगोबिंद साहब जी ही प्यारे ने, यही साडे सारयां दा आसरा ने, सानू सारयां नू इन्हां दा ही एक आसरा अलंब ते टेक है। जिम किरपन जतन कर तानी उपाय, जिवें कोई कंजूस आदमी किरपन कहिंदे ने कंजूस नू, जिवें कोई कंजूस किरपन आदमी धन वास्ते उपा करदा है, पैसिया वास्ते रुपया वास्ते उपा करदा है। तिम अदक चाते नंद पाए, इसे तरह बड़ी अदक चाना रख के सानू तां जाके पुत्र मिलिया, बड़िया अरदासा कर करके जोदड़िया कर करके चाना रख के तां अदक चाह रख के साडे मन विच तां जाके सानू इस पुत्र दी प्राप्ति हुई है। प्रभु पार ब्रह्म रक्षक अकाल, प्रभु वाहिगुरु परमेश्वर जो पार ब्रह्म है उही साडा रक्षक है, वह अकाल पुरख वाहिगुरु परमेश्वर ही साडी रखिया करन वाले रक्षक हन। अब होए सहाय मुझ पर कृपा, हुण मेरे अकाल पुरख जी मेरे ते कृपा करन, साडी सहायता करन, मेरे पुत्र श्री हरगोबिंद साहब नूं अरोगताई दी दात बख्शन, जिवें पहला मेरे लाल दी रखिया कीती है। हे अकाल पुरख हुण भी कृपा करो, दया करके मेरे लाल दी रखिया करो। गुरु नानक सिस निज दास जान, हे धन गुरु नानक साहब जी इहनूं अपना पुत्र समझो, इहनूं अपना बालक अपना दास जाणो। धन गुरु नानक साहब दे चरणा च माता जी अरदासा कर रहे, हो वो सहाय सब कष्ट आन। ए अकाल पुरख दे स्वरूप गुरु नानक साहब जी, इस बालक नू अपना दास समझ के दी सहायता करो, एदी मदद करो, और एदे जिन्ने कष्ट ने जितने दुख ने जितने प्रकार दे बिघन पए हुए सारे दुखा नू आप जी दूर कर दियो। शुभ रहो चारू लोचन विशाल, महाराज जी कृपा करो मेरे लाल दियां अखां नू ना कुछ होवे, क्योंकि डर सी कि किते अखां ना जांदियां रहन, नेत्रां दे उत्ते बहुत भारी असर सी। इस करके माता जी अरदास कर दे, महाराज गुरु नानक साहब कृपा करो मेरे पुत्र दे नेत्र इसे तरह खिड़े रहन, विगास विच रहन, इहदे सुंदर नेत्र इसे तरह विशाल हो के रहन। मैं अंग भंग जय कृपाल, हे कृपालू दयालु वाहिगुरु जी कृपा करो मेरे लाल दा कोई भी अंग भंग ना होवे, शरीर दे किसी भी अंग ते कोई असर ना होवे इस शीतला दा। हे गुरु नानक साहब आप कृपा करो,
दया करो मेरे पुत्र दी बिल्कुल काया कंचन वर्गी हो जावे। मम पुत्र रच हो सुख सपन। महाराज मेरे पुत्र दी रखिया करो, आप जी कृपा करके रक्षक बनो, तुहाडे बिना होर कोई रक्षक नहीं है। चिंता बिलंद जिसके रहन वो कष्ट पुत्र बे तन लंत। माता गंगा जी दे चित च बड़ी चिंता, माता जी दे चित च बड़ी भारा भारी फिकर है, हर वेले पुत्र वल वेख के मन च कष्ट ही उठदा रहिंदा है। जदों श्री हरगोबिंद साहब वल वेख दे उदों ही चित च बड़ा भारी कष्ट ते दुख माता जी दे हुंदा है। जो प्रभु आप सब दुख न खोए। जो प्रभु अकाल पुरख वाहिगुरु परमेश्वर है वह आप अपने सेवकां दे सारे दुखां नूं खो देण वाला है, अपने सेवकां दे दुखां दा नाश करन वाला है। तिस दे कष्ट अस है ना कोई। कहिंदे सतगुरु जी तां आप प्रभु गुरु हरगोबिंद साहब परमेश्वर दा स्वरूप ने, उन्हां नूं भला किहने कोई कष्ट देना सी, तां सतगुरां दी अपनी लीला है। ऐसा कष्ट ऐसा दुख केड़ा जिहड़ा गुरु हरगोबिंद साहब नूं दुखी कर सके, ये तो सतगुरु छेवें पातशाह जी महाराज जी की अपनी लीला है। आप सतगुरां ने अपनी मानवी लीला की रचना की हुई है। तद भेजो तरियो मानुक शरीर। फिर भी जो सतगुरां ने मानुक शरीर धारण किया होया अनुसार ताए वरते सो तीर। सतगुरु जी मनुखी शरीर की जिहड़ी प्रक्रिया हुंदी आ उहदे अनुसार वरत रहे ने। मनुखी शरीर नू बुखार भी चढ़दा है, शरीर नू ताप भी चढ़दा है, इहो जे रोग भी शरीर नू लगदे। सतगुरु जी हैण आप परमेश्वर स्वरूप, उहनां नू किहड़ा कोई कष्ट दुख दे सकदा। शीतला दी की ताकत छेवें पातशाह दे तन ते आ सके, पर फिर भी महाराज जी मनुखी लीला कर रहे ने। मनुखी शरीर धारण करके जो मनुख दी शरीर दी प्रकृति हुंदी है उदे अनुसार होके गुरु हरगोबिंद साहब जी महाराज जी वरत रहे ने। दिन तीन बीते निकसी सुब्रिंद। जदों तीन दिन बतीत हो गए ते बहुत ज्यादा शीतला दे जेड़े चिन्ह सन सतगुरां दे शरीर ते दिस रहे, बहुत ज्यादा शीतला सतगुरां दे शरीर ते निकली है, बहुत सारे फलुए दाने शरीर ते निकले हन। सब परी ऊच है कर बिलंद। पहला जेड़े दाने छोटे सन उना विच भी पानी भर गया, बड़े उच्चे उच्चे फलुए ते छाले सतगुरां दे सारे शरीर ते बन गए हन। दोएरा इस प्रकार परिवार सब चिंता तर्त उदास। इस प्रकार नाल माता गंगा जी और होर जेड़े दासियां दास सन गुरु घर दी सेवा विच हाजर सन, उन्हां दे चित विच बड़ी भारी चिंता है, उन्हां दे चित विच बड़ा भारी फिक्र है। निस्दिन प्रभु आराधते संकट होए विनाश। निस दिन रात दिन परमेश्वर दी आराधना च लगे हुए ने सारे, माता गंगा जी भी और जिन्नियां दासियां दास ने सब परमेश्वर दी आराधना कर रहे ने। अकाल पुरख कृपा करके श्री हरगोबिंद साहब दा ए संकट कट दियो, आ जड़ी दुख दी विपता दी घड़ी छेवें पातशाह दे तन ते आण बनी है, आप कृपा करके इस संकट नूं इस दुख नूं कट दियो। बार बारे अरदासां ते जोदड़ियां दासियां दास माता गंगा जी दे समेत कर रहे ने। दोएरा इत कुटुंब सब चिंत युद्ध महादेव ते आदि। इधर सारा कुटुंब बड़ा चिंतित है, जिथे माता गंगा नू चिंता है, दासियां दासां नू चिंता है, उथे बाबा महादेव जी जो गुरु हरगोबिंद साहब दे ताया जी ने, गुरु अर्जन साहब तो वड्डे भरा सन, बाबा महादेव जी भी बड़े फिक्रमंद ने। बाबा महादेव जी दे चित विच भी बड़ी भारी चिंता है। चित चाहत होए कुशल तन पुने पिखे एलाद। बाबा महादेव जी दे समेत जिन्ना परिवार है सारे ये चाहते ने श्री हरगोबिंद साहब जी का शरीर कुशलता सहित हो जाए,
कि श्री हरगोबिंद साहब जी का शरीर बिल्कुल अरोग हो जाए, उन्हां दी काया निरोग हो जाए, ये शीतला जो उन्हां दे तन ते निकली है चली जावे, श्री हरगोबिंद साहब दे शरीर नूं छड़ के बाबा महादेव जी ते होर दासियां दास ते माता गंगा जी यही अरदासां अकाल पुरख दे चरणां च कर रहे ने। पादड़ी छंद उत प्रिथिया रिदे आनंद तार। बाकी सब चिंतत ने, फिक्रमंद ने, दुखी ने, पर इधर बाबा पृथ्वी चंद दे अंदर जिन्नी खुशी है वह कोई दसी नहीं जा सकती। पृथ्वी बड़ा खुश है, पृथ्वी दे अंदर बड़ा आनंद वरत रहा है, पृथ्वी दा हिरदा बड़ा खुश है। कर्मो समीप बाकन उचार। पृथ्वी अपनी घरवाली कर्मो को आ के गल्लां करदा बड़ी खुशी नाल। इहदे अंदर तां खुशी है, इहदे घर दे विच तां घिओ दे दीवे बल बल रहे ने कि साडे दुश्मन का पुत्र जिन्हों चेचक का रोग हो गया, शीतला निकल आई है, हुण उह जीवत नहीं रहन लगा। इस करके पृथ्वी नूं बड़ी खुशी है, ते बड़ी खुशी नाल आके करमो नाल गल्लां करदा, कोल आके करमो नूं कहिंदा अब हेर पयो जिम तिनो नंद। कहिंदा वेख करमो हुण साडे शरीकां दे पुत्तर दा हाल वेख की हो रहा, मन च तरस नहीं, किन्ना कठोर हिरदा होवेगा पृथ्वी चंद दा, किन्नी कठोर बिरती होवेगी करमो दी। इस्त्री दा हिरदा कितना कोमल हुंदा है, पर सख्त कितना हो सकता है कि अपने दराणी दे पुत्तर श्री हरगोबिंद साहब ते उन्हां दे पुत्तर मेहरबान विच कोई फर्क तो नहीं है, पर हिरदे विच इतनी ज्यादा कठोरता आई कि उन्हां नूं रोग लगता है ते इन्हां दे चित विच खुशी पैदा हो रही है, आनंद पैदा हो रहा है। पृथ्वी कहिंदा करमो वेख साडे दुश्मना दे पुत्र दा हाल की हो रहा है। नै जीवन आस शोकत बिलंद। उना दे जीवन दी आस नहीं रही, हुण नहीं लगदा भी उना दा पुत्र लंबे समय तक जीवेगा। जेड़े हिसाब नाल मैं सुनिया भी उनू रोग लगा है शीतला दा, मैनू नहीं जापदा कि हुण उह लंबी उम्र तक जीवणगे, उना दे जीवन दी आस नहीं रही। सारा परिवार बड़ा दुखी है, शोक कर रहा है। सत बाक मोर अजो न जान। देख करमो मेरिया गल्लां सच हुंदियां ने ना जो मैं कहना। पृथ्वी अपनी उपमा कर रहा करमो दे कोल आके, पृथ्वी दी झूठी गोंद रची जा रही है। कहिंदा वेख जो मैं अपनी जुबान तो कहना सच हुंदा है, अवेख मेरिया कई गल्लां किवें सच हो रही ने। तेनू मेरे ते विश्वास नहीं सी, तू मेरे ते यकीन नहीं सी करदी, आखिरकार मैं भी गुरु का पुत्र हां, वेख मेरिया गल्लां किवें सच हो रही ने। जिम कयो प्रथम मैं कोप ठान। जिवें मैं पहला गुस्से विच आके श्राप दिता सी ना, मेरा वह श्राप सच हो रहा। तिम पई शीतला निकसपोर। मेरे गुस्से नाल दिते श्राप करके शीतला निकल आई है हरगोबिंद नूं, गुरु अर्जन साहब दे पुत्र नूं शीतला निकल आई है। मैं ही ये श्राप दिता सी गुस्से च आके, मेरे दिते श्राप करके श्री हरगोबिंद साहब दे शरीर ते शीतला निकल के आई है। वेख ते शीतला भी बड़ी ज्यादा निकली, बहुत ज्यादा भयानक कोप विच आके शीतला निकली है। अब होए मृतो तिसकी जरूर। मैनू हुण यकीन है कि हुण श्री हरगोबिंद साहब दी जरूर मौत हो जाएगी, शीतला दे रोग नाल उन्हां दी जरूर मौत हो जाएगी। मैं कई बार लीनो पति आए मुक कहो बाग मैं निफल जाए। पृथ्वी कहिंदा करमो नू करमो मैं कई बार अजमा के वेख्या, कई बार पत्या के वेख्या कि जेड़ी गल मैं अपने मुंहों कह दिना वह सच हो जाती है। पहला मैं कहा सी वी इनू चेचक निकलेगी, शीतला निकलेगी, वेख निकल आई है ना, हुण मैं बचन करदा भी इहदी मौत भी हो जानी है, यह भी बचन सच हो जाना है। मैं कई बार पत्या के वेख्या है, अजमा के वेख्या है कि जेड़ी भी गल मैं अपने मुंह तो करदा हां वह सच हो जाती है। बल करा मात को मोहे माए अर्जन लकै एक और नाए। मेरे विच करा मातां दा बल है, मेरे च करा मातां दी ताकत है करमो,
ਤੇ ਮੇਰੀ ਇਸ ਕਰਾਮਾਤ ਨੂੰ ਸਿਰਫ ਗੁਰੂ ਅਰਜਨ ਦੇਵ ਜੀ ਜਾਣਦੇ ਨੇ, ਹੋਰ ਨਹੀਂ ਕਿਸੇ ਨੂੰ ਪਤਾ। ਮੇਰੀ ਕਰਾਮਾਤ ਦੀ ਤਾਕਤ ਬਾਰੇ ਸਿਰਫ ਗੁਰੂ ਅਰਜਨ ਸਾਹਿਬ ਨੂੰ ਪਤਾ, ਉਹ ਮੇਰੀ ਕਰਾਮਾਤ ਨੂੰ ਜਾਣਦੇ ਨੇ, ਉਹ ਮੇਰੀ ਕਰਾਮਾਤ ਦੇ ਬਲ ਨੂੰ ਜਾਣਦੇ ਨੇ। ਸੋ ਡਰਤ ਰਹਿਤ ਮੋਤੇ ਵਿਸਾਲ ਪਦ ਕਰੈ ਬੰਦਨਾ ਮਿਲਨ ਕਾ। ਇਸੇ ਕਰਕੇ ਤਾਂ ਗੁਰੂ ਅਰਜਨ ਸਾਹਿਬ ਮੇਰੇ ਕੋਲੋਂ ਡਰਦੇ ਰਹਿੰਦੇ ਨੇ, ਤੇ ਮੇਰੇ ਕੋਲੋਂ ਡਰ ਕੇ ਤੇ ਆ ਕੇ ਮੇਰੇ ਪੈਰਾਂ ਤੇ ਮੱਥਾ ਟੇਕਦੇ ਨੇ। ਉਹਨਾਂ ਨੂੰ ਪਤਾ ਵੀ ਮੈਂ ਕਰਾਮਾਤੀ ਹਾਂ। ਸਤਿਗੁਰੂ ਜੀ ਮੱਥਾ ਇਸ ਕਰਕੇ ਟੇਕਦੇ ਕਿ ਪ੍ਰਿਥੀਆ ਵੱਡਾ ਭਰਾ ਹੈ, ਪਰ ਪ੍ਰਿਥੀਆ ਇਹ ਸੋਚਦਾ ਵੀ ਉਹ ਡਰ ਰਿਹਾ, ਡਰ ਕੇ ਮੈਨੂੰ ਮੱਥਾ ਟੇਕ ਰਿਹਾ, ਭੈ ਭੀਤ ਹੋ ਕੇ ਮੈਨੂੰ ਨਮਸਕਾਰ ਕਰ ਰਹੇ ਨੇ ਤੇ ਕਹਿ ਰਿਹਾ ਕਰਮੋ ਨੂੰ, ਕਰਮੋ ਮੇਰੀ ਕਰਾਮਾਤ ਦੀ ਤਾਕਤ ਦਾ ਸਿਰਫ ਗੁਰੂ ਅਰਜਨ ਸਾਹਿਬ ਨੂੰ ਪਤਾ, ਇਸੇ ਕਰਕੇ ਮੇਰੇ ਕੋਲੋਂ ਡਰ ਕੇ ਭੈ ਭੀਤ ਹੋ ਕੇ ਉਹ ਆ ਕੇ ਮੈਨੂੰ ਮੱਥਾ ਟੇਕਦੇ ਨੇ। ਮੈਂ ਮਹਾਦੇਵ ਤੇ ਪੈ ਕਰਨ ਪੂਰਾ ਸੁਭਾਉ ਨੈ ਕੁਛ ਬੁਲੰਤ। ਮਹਾਦੇਵ ਕੋਲੋਂ ਡਰਦੇ ਨੇ ਕੋਈ ਗੁਰੂ ਅਰਜਨ ਸਾਹਿਬ? ਮਹਾਦੇਵ ਵੀ ਤਾਂ ਉਹਨਾਂ ਦਾ ਵੱਡਾ ਭਰਾ ਹੈ, ਉਹਦੇ ਕੋਲੋਂ ਥੋੜੀ ਡਰਦੇ ਨੇ, ਉਹਦਾ ਭੋਲਾ ਜਿਹਾ ਸੁਭਾਅ ਆ, ਉਹਨੂੰ ਕੀ ਪਤਾ ਦੁਨੀਆਦਾਰੀ ਦਾ। ਬਸ ਇੱਕ ਮੇਰਾ ਡਰ ਮੇਰਾ ਭੈ ਗੁਰੂ ਅਰਜਨ ਸਾਹਿਬ ਜੀ ਜ਼ਰੂਰ ਰੱਖਦੇ ਨੇ, ਕਿਉਂਕਿ ਮੈਂ ਕਰਾਮਾਤੀ ਹਾਂ। ਸੁਤ ਮਰੇ ਪਿਛਾਰੀ ਬਣੇ ਦੀਨ ਪੁੰਨੇ ਨਿਪਚੈ ਆਸਹੀਨ। ਇਹਨਾਂ ਦਾ ਜਿਹੜਾ ਇਹ ਇੱਕ ਇੱਕ ਪੁੱਤਰ ਹੈ, ਇਹਦੀ ਮੌਤ ਤੋਂ ਬਾਅਦ ਇਹਨਾਂ ਨੇ ਬਿਲਕੁਲ ਦੀਨ ਹੋ ਜਾਣਾ, ਦੁਖੀ ਹੋ ਜਾਣਾ, ਤੇ ਫਿਰ ਇਹਨਾਂ ਦੇ ਘਰ ਹੋਰ ਪੁੱਤਰ ਵੀ ਨਹੀਂ ਜੰਮਣਾ, ਇਹਨਾਂ ਘਰ ਹੋਰ ਸੰਤਾਨ ਦਾ ਜਨਮ ਵੀ ਨਹੀਂ ਹੋਣਾ। ਮੈਂ ਜਾਣਦਾ ਇਹਨਾਂ ਘਰ ਹੋਰ ਔਲਾਦ ਨਹੀਂ ਹੋਣੀ। ਇਹਦੀ ਮੌਤ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਬੜਾ ਦੁੱਖ ਤੇ ਦਲਿੱਦਰ ਹੋਵੇਗਾ। ਸੁਣ ਕੰਤ ਬੈਨ ਕਰਮੋ ਸੁਚੈਨ ਔਰ ਹਰ ਕਤਾਰ ਪਰ ਫੁੱਲ ਨੈ। ਜਦੋਂ ਪ੍ਰਿਥੀਏ ਨੇ ਗੱਲਾਂ ਕਹੀਆਂ ਤੇ ਸੁਣ ਕੇ ਕਰਮੋ ਦੇ ਮਨ ਨੂੰ ਚੈਨ ਆ ਗਿਆ। ਕਰਮੋ ਜਿਹੜੀ ਅੱਗੇ ਚਾਹੁੰਦੀ ਸੀ ਵੀ ਇਸੇ ਤਰ੍ਹਾਂ ਹੋਵੇ, ਜਦੋਂ ਪ੍ਰਿਥੀਏ ਨੇ ਬਾਤਾਂ ਕਹੀਆਂ ਤੇ ਕੰਤ ਦੀਆਂ ਪਤੀ ਦੀਆਂ ਗੱਲਾਂ ਸੁਣ ਕੇ ਬੜੀ ਖੁਸ਼ ਹੋਈ, ਇਹਦੇ ਨੈਣ ਖਿੜ ਗਏ, ਇਹਦੇ ਮਨ ਨੂੰ ਚੈਨ ਮਿਲ ਗਿਆ। ਇਹ ਬਚਨ ਸਾਧ ਤੁਮਰੋ ਜੇ ਹੋਏ ਇਸ ਸਮ ਉੱਛਾ ਨੈ ਅਪਰ ਕੋਏ। ਇਹ ਪਤੀ ਦੇਵ ਜੀ, ਜੇ ਤੁਹਾਡੀਆਂ ਇਹ ਗੱਲਾਂ ਸੱਚ ਹੋ ਜਾਣ ਜੋ ਤੁਸੀਂ ਕਹਿ ਰਹੇ ਹੋ, ਤੇ ਇਹਦੇ ਨਾਲੋਂ ਜ਼ਿਆਦਾ ਖੁਸ਼ੀ ਦੀ ਗੱਲ ਤੇ ਆਪਣੇ ਵਾਸਤੇ ਹੋਰ ਹੋ ਹੀ ਨਹੀਂ ਸਕਦੀ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੀ ਆਪਣੇ ਵਾਸਤੇ ਇਹੋ ਹੋਣੀ ਹੈ ਜੇ ਤੁਹਾਡੀਆਂ ਇਹ ਕਹੀਆਂ ਹੋਈਆਂ ਗੱਲਾਂ ਬਿਲਕੁਲ ਸੱਚ ਹੋ ਜਾਣ। ਜਿਸ ਨਿਕਟ 20-10 ਗ੍ਰਾਮ ਰਾਜ ਵੱਧ ਹੋਏ ਖਰਚ ਟੁੱਟਿਓ ਸਮਾਜ। ਇਹ ਤਾਂ ਉਹ ਗੱਲ ਹੋਵੇਗੀ ਕਿ ਜਿਵੇਂ ਕਿਸੇ ਬੰਦੇ ਕੋਲ 15-20 ਪਿੰਡ ਹੋਣ, 15-20 ਪਿੰਡਾਂ ਦਾ ਰਾਜ ਹੋਵੇ, ਉਹ ਵੀ ਉਹਨੂੰ ਘਾਟਾ ਪਿਆ ਹੋਵੇ, ਉਹਦਾ ਬਹੁਤ ਜ਼ਿਆਦਾ ਖਰਚ ਹੋ ਜਾਏ ਤੇ ਉਹਨੂੰ ਬੜਾ ਵੱਡਾ ਘਾਟਾ ਪਿਆ ਹੋਵੇ। ਤਿਸ ਠੀਕ ਅਚਾਨਕ ਕੈ ਬਨ ਸੋ ਜਾਏ ਸਭ ਚੱਕਰਵਰਤੀ ਕੋ ਰਾਜ ਪਾਏ। 15-20 ਪਿੰਡਾਂ ਦੇ ਉਸ ਰਾਜੇ ਨੂੰ ਅਚਾਨਕ ਚੱਕਰਵਰਤੀ ਰਾਜ ਦੀ ਪ੍ਰਾਪਤੀ ਹੋ ਜਾਏ, ਉਹ ਸਾਰੇ ਦੇਸ਼ ਦਾ ਰਾਜਾ ਬਣ ਜਾਏ, ਅਚਾਨਕ ਅਚਨਚੇਤ ਉਹਨੂੰ ਚੱਕਰਵਰਤੀ ਰਾਜ ਦੀ ਪ੍ਰਾਪਤੀ ਹੋ ਜਾਵੇ। ਇਸ ਵਿਧ ਉੱਛਾ ਹਮਰੇ ਸੋ ਹੋਏ ਗੁਰਤਾ ਸੋ ਪਾਏ ਹਮ ਬੰਤ ਜੋਏ। ਜਿੰਨਾ ਉਹ ਖੁਸ਼ ਹੋਵੇਗਾ ਨਾ, ਇੰਨੀ ਖੁਸ਼ੀ ਸਾਨੂੰ ਹੋਵੇਗੀ। ਜੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਮੌਤ ਹੋ ਜਾਏ ਤੇ ਉਹਨਾਂ ਦੇ ਘਰੋਂ ਗੁਰਤਾ ਗੱਦੀ ਸਾਡੀ ਵੰਸ਼ ਵਿੱਚ ਆ ਜਾਏ, ਕਿਉਂਕਿ ਉਹਨਾਂ ਤੋਂ ਬਾਅਦ ਫਿਰ ਤਾਂ ਸਾਡਾ ਹੀ ਹੱਕ ਬਣਦਾ ਨਾ, ਗੁਰਤਾ ਗੱਦੀ ਫਿਰ ਸਾਡੀ ਵੰਸ਼ ਚ ਆਏਗੀ, ਸਾਡੇ ਪੁੱਤਰ ਨੂੰ ਮਿਲੇਗੀ ਮਿਹਰਬਾਨ ਨੂੰ, ਫਿਰ ਇਹਦੇ ਨਾਲ ਹੋਰ ਇਹਦੇ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ, ਇਹਦੇ ਤੋਂ ਵੱਡਾ ਹੋਰ ਭਾਰੀ ਆਨੰਦ ਨਹੀਂ ਹੋ ਸਕਦਾ। ਸੰਮਤ ਹਜ਼ਾਰ ਲਗ ਹੋਏ ਪੂਜ ਜਗ ਜੇ ਸਮਾਨ ਨੈ ਔਰ ਦੂਜ। ਹਜ਼ਾਰਾਂ ਸਾਲਾਂ ਤੱਕ ਫਿਰ ਸਾਡੀ ਪੂਜਾ ਹੋਵੇਗੀ, ਹਜ਼ਾਰਾਂ ਸਾਲਾਂ ਤੱਕ। ਜੇ ਇੱਕ ਵਾਰ ਇਹੀ ਕੰਮ ਹੋ ਜਾਏ ਨਾ, ਬਾਬਾ ਪ੍ਰਿਥੀ ਚੰਦ ਨੂੰ ਕਹਿ ਰਹੀ ਹੈ ਕਰਮ ਤੁਹਾਡੀਆਂ ਕਈਆਂ ਗੱਲਾਂ ਸੱਚ ਹੋ ਜਾਣ ਤੇ ਫਿਰ ਹਜ਼ਾਰਾਂ ਸਾਲਾਂ ਤੱਕ ਸਾਡੀ ਵੰਸ਼ ਵਿੱਚ ਪੂਜਾ ਹੋਵੇਗੀ, ਹਜ਼ਾਰਾਂ ਸਾਲਾਂ ਤੱਕ ਗੁਰਤਾ ਸਾਡੇ ਕੋਲ ਰਹੇਗੀ ਔਰ ਸਾਡੇ ਕੁੱਲ ਦੇ ਸਮਾਨ ਇਸ ਜਗਤ ਵਿੱਚ ਹੋਰ ਕੋਈ ਨਹੀਂ ਹੋਵੇਗਾ। ਪੂਜ ਪਰਯੰਤ ਪਾਏ ਪੂਜੰਤ ਪਾਏ ਬਨ ਸਿੱਖ ਬ੍ਰਿੰਦ
ਬੰਦੇ ਆਨੰਦ ਬੰਦੇ ਮਨਿੰਦ। ਔਰ ਬਹੁਤ ਸਾਰੇ ਲੋਕ ਆ ਕੇ ਸਾਡੇ ਸਿੱਖ ਬਣ ਕੇ ਸਾਡੇ ਚਰਨਾਂ ਦੀ ਪੂਜਾ ਕਰਨਗੇ, ਆ ਕੇ ਸਾਡਿਆਂ ਚਰਨਾਂ ਦੇ ਵਿੱਚ ਵੰਦਨਾ ਕਰਨਗੇ, ਔਰ ਚੰਦਰਮਾ ਦੇ ਸਮਾਨ ਸਾਡੀ ਕੁੱਲ ਸਾਰੇ ਸੰਸਾਰ ਵਿੱਚ ਉਜਾਗਰ ਹੋਵੇਗੀ, ਸਾਡਾ ਨਾਂ ਉਜਾਗਰ ਹੋਵੇਗਾ, ਸਾਡੀ ਵੱਡੀ ਭਾਰੀ ਪੂਜਾ ਹੋਵੇਗੀ। ਇਮ ਚਿੱਤੈ ਪਾਪ ਕਿਮ ਹੋਏ ਅਨਰਥ, ਏਦਾਂ ਦਾ ਪਾਪ ਚਿਤਵ ਦੇ ਬਾਬਾ ਪ੍ਰਿਥੀ ਚੰਦ ਤੇ ਕਰਮੋ ਦੋਵੇਂ ਰਲ ਕੇ, ਜਿਨ ਕੇਰ ਠਟਨ ਸਭ ਹੈ ਬੇਅਰਥ। ਇਸ ਤਰ੍ਹਾਂ ਦਾ ਪਾਪ ਚਿਤਵਦੇ ਨੇ ਵੀ ਕਿਸੇ ਤਰੀਕੇ ਨਾਲ ਅਨਰਥ ਹੋ ਜੇ। ਅਨਰਥ ਅਨਰਥ ਕੀ ਹੋਣਾ ਚਾਹੁੰਦੇ, ਕਰਨਾ ਚਾਹੁੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਸ਼ੀਤਲਾ ਨਾਲ ਮੌਤ ਹੋ ਜਾਏ, ਇਹ ਅਨਰਥ ਸੋਚਣਾ ਚਾਹੁੰਦੇ ਨੇ, ਇਹ ਅਨਰਥ ਕਰਨਾ ਚਾਹੁੰਦੇ ਨੇ। ਔਰ ਇਹੋ ਜਿਹਾ ਇਹ ਸਾਰਾ ਫੁਰਨਾ ਜੋ ਇਹ ਕਰ ਰਹੇ ਨੇ ਨਾ, ਭਾਈ ਸਾਹਿਬ ਕਹਿੰਦੇ ਸਾਰਾ ਬੇਅਰਥ ਹੈ, ਜਿਹੜੀਆਂ ਗੱਲਾਂ ਇਹ ਸੋਚ ਰਹੇ ਨੇ ਐਸਾ ਹੋਣਾ ਹੀ ਨਹੀਂ, ਹੋਣਾ ਤਾਂ ਉਹ ਹੈ ਜੋ ਮੇਰੇ ਸਤਿਗੁਰਾਂ ਨੂੰ ਪਾਉਂਦਾ ਹੈ, ਇਹਨਾਂ ਦੇ ਚਿਤਵਿਆਂ ਨਹੀਂ ਕੁਝ ਹੋਣਾ। ਜੋ ਇਹ ਚਿਤਵ ਰਹੇ ਨੇ ਬਿਲਕੁਲ ਇਹਨਾਂ ਦਾ ਚਿਤਵਣਾ ਬੇਅਰਥ ਹੈ, ਉਹ ਕਿਸੇ ਕੰਮ ਦਾ ਨਹੀਂ। ਬੜ ਪ੍ਰੀਤ ਪਾਪ ਸੋ ਦਿਵਸ ਰਹਿਣ, ਪਰ ਇਹਨਾਂ ਦੀ ਜਿਹੜੀ ਪ੍ਰੀਤ ਆ ਉਹ ਰਾਤ ਦਿਨ ਪਾਪਾਂ ਦੇ ਨਾਲ ਹੈ, ਪਾਪ ਕਰਮਾਂ ਨਾਲ ਹੀ ਪ੍ਰੀਤ, ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਪਾਪੀ ਬੰਦੇ ਨੂੰ ਪਤਾ ਭਾਵੇਂ ਪਾਪ ਬੁਰਾ ਪਰ ਫਿਰ ਵੀ ਉਹ ਪਾਪ ਨਾਲ ਪਿਆਰ ਕਰਦਾ, ਪ੍ਰੀਤ ਕਰਦਾ ਹੈ। ਪ੍ਰਿਥੀ ਚੰਦ ਤੇ ਕਰਮੋ ਦੀ ਪ੍ਰੀਤ ਰਾਤ ਦਿਨ ਪਾਪ ਕਰਮਾਂ ਵਿੱਚ ਹੀ ਲੱਗੀ ਰਹਿੰਦੀ ਆ, ਹਰ ਵੇਲੇ ਪਾਪ ਚਿਤਵਦੇ ਨੇ ਔਰ ਪਾਪ ਨਾਲ ਹੀ ਇਹਨਾਂ ਦਾ ਪਿਆਰ ਪਿਆ ਹੋਇਆ ਹੈ। ਪਰ ਹੈ ਸੋ ਨਰਕ ਇਮ ਜਾਨ ਪਹਿਨਾ, ਔਰ ਨਰਕਾਂ ਵਿੱਚ ਪੈਣਗੇ ਇਹੋ ਜਿਹਾ ਪਾਪ ਸੋਚ ਕੇ ਚਿਤਵ ਕੇ, ਇਹ ਡਰ ਨਹੀਂ ਹੈ ਨਾ ਪ੍ਰਿਥੀਏ ਨੂੰ ਤੇ ਨਾ ਹੀ ਕਰਮੋ ਨੂੰ, ਕਿ ਜਿਹੜੇ ਪਾਪ ਕਰਮ ਅਸੀਂ ਚਿਤਵ ਰਹੇ ਹਾਂ, ਜਿਹਨਾਂ ਪਾਪਾਂ ਨਾਲ ਅਸੀਂ ਪ੍ਰੀਤ ਕਰ ਰਹੇ ਹਾਂ, ਇਹਨਾਂ ਪਾਪਾਂ ਕਰਕੇ ਅਸੀਂ ਨਰਕਾਂ ਵਿੱਚ ਡਿੱਗਾਂਗੇ, ਨਰਕਾਂ ਵਿੱਚ ਵੀ ਸਾਨੂੰ ਥਾਂ ਨਹੀਂ ਲੱਭਣੀ, ਇਹ ਡਰ ਨਹੀਂ ਆਉਂਦਾ ਇਹਨਾਂ ਦੇ ਮਨ ਚ, ਇਹ ਭੈ ਨਹੀਂ ਆਉਂਦਾ। ਇਨ ਕਹਿ ਆਨੰਦ ਦੁਰ ਦੁਰ ਕਰੰਤ, ਲੁਕ ਲੁਕ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕੰਨਾਂ ਦੇ ਵਿੱਚ ਇੱਕ ਦੂਜੇ ਦੇ, ਕਿ ਲਾਗੇ ਨਾ ਕਿਸੇ ਨੂੰ ਪਤਾ ਲੱਗੇ, ਕੋਈ ਸੁਣ ਨਾ ਲਵੇ ਸਾਡੇ ਪਾਪ ਨੂੰ, ਕਿਉਂਕਿ ਪਾਪੀ ਬੰਦਾ ਪਾਪ ਵੀ ਕਰਦਾ ਪਰ ਲੁਕਾ ਕੇ, ਕਿ ਕਿਸੇ ਨੂੰ ਕੰਨੋ ਕੰਨੀ ਖਬਰ ਨਾ ਹੋਵੇ, ਲੁਕ ਲੁਕ ਕੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਦੂਜੇ ਦੇ ਕਿਸੇ ਦੇ ਕੰਨੀ ਨਾ ਪੈ ਜਾਵੇ। ਬਹੁ ਦੁਸ਼ਟ ਬੁੱਧ ਪਰ ਦੁੱਖ ਚੰਤ, ਦੁਸ਼ਟ ਬੁੱਧੀ ਹੈ ਪ੍ਰਿਥੀਏ ਦੀ ਤੇ ਕਰਮੋ ਦੀ ਵੀ। ਦੁਸ਼ਟ ਬੁੱਧੀ ਦਾ ਪ੍ਰਤੀਕ ਕੀ ਹੈ, ਕਿ ਜਿਹੜੇ ਹਰ ਵੇਲੇ ਪਰਾਏ ਦੁੱਖ ਨੂੰ ਚਾਹੁੰਦੇ ਨੇ ਵੀ ਫਲਾਣਾ ਦੁਖੀ ਰਹੇ, ਦੂਸਰਾ ਦੁਖੀ ਰਹੇ, ਦੂਜੇ ਦਾ ਦੁੱਖ ਚਿਤਵਣ ਵਾਲਾ ਇਨਸਾਨ ਉਹਦੀ ਬੁੱਧੀ ਹਮੇਸ਼ਾ ਦੁਸ਼ਟ ਹੀ ਗਿਣੀ ਗਈ ਹੈ। ਦੁਸ਼ਟ ਬੁੱਧੀ ਦਾ ਇਹ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਦੂਸਰੇ ਦਾ ਦੁੱਖ ਮੰਨਣਾ। ਇਸ ਲੋਕ ਅਜਸ ਨੈ ਡਰੈ ਕੋਰ, ਝੂਠੇ ਕੂੜੇ ਪ੍ਰਿਥੀ ਚੰਦ ਤੇ ਕਰਮੋ ਡਰਦੇ ਨਹੀਂ, ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਚਿਤਵ ਰਹੇ ਹਾਂ, ਸਾਡੀ ਇਸ ਲੋਕ ਵਿੱਚ ਦੁਨੀਆਂ ਵਿੱਚ ਅਪਕੀਰਤੀ ਹੋਵੇਗੀ, ਅਪ ਜਸ ਹੋਵੇਗਾ, ਲੋਕ ਸਾਡੀ ਨਿੰਦਿਆ ਕਰਨਗੇ ਵੀ ਇਹਨਾਂ ਨੇ ਭੈੜਾ ਕਰਮ ਚਿਤਵਿਆ, ਇਹ ਫਿਕਰ ਕੋਈ ਨੀ ਇਹਨਾਂ ਦੇ ਮਨ ਵਿੱਚ। ਪਰ ਲੋਕ ਨਰਕ ਪ੍ਰਾਪਤ ਜ਼ਰੂਰ, ਕਹਿੰਦੇ ਇਸ ਲੋਕ ਦੇ ਵਿੱਚ ਜਿੱਥੇ ਅਪਜਸ ਹੋਣਾ ਉੱਥੇ ਅੱਗੇ ਪਰਲੋਕ ਵਿੱਚ ਇਹਨਾਂ ਨੂੰ ਨਰਕ ਪ੍ਰਾਪਤ ਹੋਣੇ ਨੇ, ਇਹਦੇ ਚ ਕੋਈ ਦੋ ਰਾਏ ਨਹੀਂ। ਪ੍ਰਾਪਤ ਜ਼ਰੂਰ ਜ਼ਰੂਰ ਇਹ ਨਰਕਾਂ ਵਿੱਚ ਪੈਣਗੇ, ਜਿਹੋ ਜਿਹੀ ਕਰਨੀ ਹੈ ਇਹਨਾਂ ਦੀ, ਇਹੋ ਜਿਹੀ ਕਰਨੀ ਕਰਕੇ ਤੇ ਨਰਕਾਂ ਵਿੱਚ ਵੀ ਥਾਂ ਨਾ ਮਿਲੇ, ਕਹਿੰਦੇ ਇਹੋ ਜਿਹੇ ਨਰਕਾਂ ਵਿੱਚ ਜ਼ਰੂਰ ਪੈਣਗੇ। ਸ੍ਰੀ ਹਰਗੋਬਿੰਦ ਜੀ ਦਿਵਸ ਪੰਚ, ਦੁੱਖ ਪਇਓ ਅਧਿਕ ਸੁਖ ਹੈ ਨਾਰੰਚ। ਇਹ ਤੇ ਸੀ ਪ੍ਰਿਥੀਏ ਤੇ ਕਰਮੋ ਦੀ ਵਾਰਤਾ, ਉਧਰ ਸ੍ਰੀ ਹਰਗੋਬਿੰਦ ਸਾਹਿਬ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ, ਪੰਜ ਦਿਨ ਬੀਤ ਗਏ ਨੇ ਤੇ ਕਹਿੰਦੇ ਪੰਜ ਦਿਨਾਂ ਦੇ ਵਿੱਚ ਦੁੱਖ ਵਧਿਆ ਹੈ ਘਟਿਆ ਨਹੀਂ, ਸ਼ੀਤਲਾ ਦਾ ਰੋਗ ਵੱਧਦਾ ਚੱਲਿਆ ਗਿਆ, ਜਿਹੜੇ ਫਲੂਏ ਛਾਲੇ ਨੇ ਵੱਧੇ ਚਲੇ ਗਏ ਨੇ ਉਹ ਘਟੇ ਨਹੀਂ, ਸਾਰਾ ਸਰੀਰ ਫਲੂਏ ਦਾਣਿਆਂ ਨਾਲ ਭਰਿਆ ਹੋਇਆ। ਕਹਿੰਦੇ ਦੁੱਖ ਦਿਨ ਪ੍ਰਤੀ ਦਿਨ ਵੱਧਦਾ, ਪੰਜ ਦਿਨ ਬਤੀਤ ਹੋ ਗਏ ਹਨ। ਵਿਸਫੋਟ ਪਇਓ ਇੱਕ ਵਾਰ ਬ੍ਰਿੰਦ, ਸਾਰੇ ਸਰੀਰ ਵਿੱਚ ਵਿਸਫੋਟ ਬਣ ਗਏ ਨੇ, ਫੋੜੇ ਬਣ ਗਏ ਨੇ, ਉਹਨਾਂ ਜ਼ਖਮ ਬਣ ਗਏ ਨੇ,
ਇੱਕੋ ਵਾਰ ਸਾਰਾ ਸਰੀਰ ਜ਼ਖਮਾਂ ਨਾਲ ਭਰ ਗਿਆ। ਚਮਕੈ ਵਿਸਾਲ ਮੁਕਤਾ ਮਨਿੰਦ, ਚਿੱਟੇ ਰੰਗ ਦੇ ਛਾਲੇ ਭਰੇ ਹੋਏ ਵਿੱਚ ਲਾਲ ਰੰਗ ਹੈ, ਚਿੱਟਾ ਰੰਗ ਹੈ। ਕਹਿੰਦੇ ਉਹ ਏਦਾਂ ਲੱਗਦਾ ਵੀ ਜਿਵੇਂ ਸਾਹਿਬਾਂ ਦੇ ਸਾਰੇ ਸਰੀਰ ਤੇ ਮੋਤੀ ਚਮਕ ਰਹੇ ਨੇ। ਜਿਵੇਂ ਮੁਕਤਾ ਕਹਿੰਦੇ ਨੇ ਮੋਤੀਆਂ ਨੂੰ, ਮੋਤੀ ਚਮਕਦੇ ਨੇ ਨਾ ਸਾਰੇ ਸਰੀਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਉਹ ਫਲੂਏ ਚਿੱਟੇ ਰੰਗ ਦੇ ਮੋਤੀਆਂ ਸਮਾਨ ਚਮਕਦੇ ਨੇ। ਨਾ ਖਾਨ ਪਾਨ ਨਾ ਬਾਕ ਪਾਕ, ਨਾ ਸਤਿਗੁਰੂ ਜੀ ਕੁਝ ਖਾਂਦੇ ਨੇ, ਇੱਥੋਂ ਤੱਕ ਕਿ ਪਾਣੀ ਦਾ ਘੁੱਟ ਵੀ ਸਾਹਿਬਾਂ ਦੇ ਅੰਦਰ ਨਹੀਂ ਜਾਂਦਾ, ਪਾਣੀ ਦਾ ਘੁੱਟ ਵੀ ਭਰਿਆ ਨਹੀਂ ਜਾਂਦਾ, ਤੇ ਨਾ ਹੀ ਮੇਰੇ ਸਤਿਗੁਰੂ ਜੀ ਆਪਣੇ ਮੁੱਖੋਂ ਕੁਝ ਬੋਲਦੇ ਨੇ, ਬੋਲ ਵੀ ਨਹੀਂ ਹੁੰਦਾ। ਗਲਾ ਦਾਣਿਆਂ ਨਾਲ ਭਰਿਆ ਹੋਇਆ, ਮੂੰਹ ਦਾਣਿਆਂ ਨਾਲ ਭਰਿਆ ਹੋਇਆ ਸੀ, ਛਾਲਿਆਂ ਨਾਲ ਭਰਿਆ ਹੋਇਆ, ਇਸ ਕਰਕੇ ਨਾ ਕੁਝ ਖਾਂਦੇ ਨੇ ਨਾ ਪੀਂਦੇ ਨੇ ਤੇ ਨਾ ਹੀ ਕੁਝ ਬੋਲ ਸਕਦੇ ਨੇ। ਦੋਸ਼ਨ ਰਹੰਤ ਨੈ ਖੋਲ ਆਕ, ਚੁੱਪ ਰਹਿੰਦੇ ਹਰ ਵੇਲੇ। ਪੰਜ ਦਿਨ ਬੀਤ ਗਏ ਨੇ, ਸਤਿਗੁਰਾਂ ਨੇ ਪੰਜਾਂ ਦਿਨਾਂ ਚ ਇੱਕ ਵਾਰ ਵੀ ਅੱਖ ਉਘੇੜ ਕੇ ਨਹੀਂ ਵੇਖਿਆ, ਅੱਖ ਖੋਲ ਕੇ ਸਤਿਗੁਰਾਂ ਨੇ ਨਹੀਂ ਵੇਖਿਆ। ਮਿਰਦੁਲ ਸੇਜ ਤੂੰ ਲਾਦ ਪਾਏ, ਦਿਸ਼ ਦੁਤੀਆ ਮਸੇ ਪਾਸੇ ਫੇਰਾਏ। ਔਰ ਸਤਿਗੁਰੂ ਜੀ ਦੇ ਮਿਰਦਲ ਸੇਜ ਆ, ਕੋਮਲ ਜੀ ਸੇਜ, ਉਹਦੇ ਤੇ ਰੂਹ ਆਦਿਕ ਵਿਛਾਈ ਹੋਈ, ਕਿਉਂਕਿ ਸਰੀਰ ਤੇ ਫਲੂਏ ਛਾਲੇ ਸਨ, ਫਿਸਦੇ ਸਨ। ਜੇ ਇੱਕ ਪਾਸੇ ਨੂੰ ਮਹਾਰਾਜ ਜੀ ਪਾਸਾ ਵੱਟ ਕੇ ਪੈਂਦੇ ਤੇ ਦੂਜੇ ਪਾਸੇ ਮਸਾਂ ਹੀ ਬਹੁਤ ਜ਼ਿਆਦਾ ਹਿੰਮਤ ਕਰਕੇ ਉਦਮ ਕਰਕੇ ਸਤਿਗੁਰਾਂ ਦਾ ਸਰੀਰ ਹਿਲਦਾ ਤੇ ਤਾਂ ਦੂਜੇ ਪਾਸੇ ਫਿਰਦੇ ਨੇ। ਕੋ ਗਹਿ ਅੰਗ ਪਿਲ ਪਿਲ ਕਰਾਂ, ਤੇ ਜੇ ਸਤਿਗੁਰਾਂ ਨੂੰ ਪਾਸਾ ਪਲਟਾਉਣ ਵਾਸਤੇ ਮਾਤਾ ਜੀ ਜਾਂ ਕੋਈ ਦਾਸੀ ਜਾਂ ਦਾਸ ਅੰਗ ਫੜਦੀ ਹੈ ਨਾ, ਸਤਿਗੁਰਾਂ ਦੀ ਬਾਂਹ ਫੜ ਕੇ ਜਾਂ ਮੋਢਾ ਫੜ ਕੇ ਹਿਲਾਉਂਦੇ ਨੇ ਤੇ ਕਹਿੰਦੇ ਸਰੀਰ ਦੇ ਅੰਗ ਪਿਲ ਪਿਲ ਕਰਦੇ, ਛਾਲੇ ਜੋ ਪਏ ਹੋਏ ਪਿਲ ਪਿਲ ਕਰਨ, ਸਾਰੇ ਸਰੀਰ ਦੇ ਉੱਤੇ ਛਾਲੇ ਜਿਹੜੇ ਨੇ ਉਹ ਪਿਲ ਪਿਲ ਕਰਦੇ ਹਨ। ਇੱਕ ਪਾਸ ਪਰੇ ਫਿਰ ਲੋ ਬਿਤੰਤ, ਚਿਰ ਤੱਕ ਸਤਿਗੁਰੂ ਜੀ ਇੱਕੇ ਪਾਸੇ, ਕਦੇ ਖੱਬੀ ਵੱਖੀ ਦੇ ਭਰਨੇ, ਇੱਕੇ ਪਾਸੇ ਸਤਿਗੁਰੂ ਜੀ ਘੰਟਿਆਂ ਬੱਧੀ ਲੇਟੇ ਰਹਿੰਦੇ ਹਨ। ਪਿਕ ਮਾਤ ਗੰਗ ਚਿੰਤਾ ਬਿਲੰਦ, ਸਤਿਗੁਰ ਸਹਾਏ ਆਨੰਦ ਕੰਦ। ਮਾਤਾ ਗੰਗਾ ਜੀ ਦੇ ਚਿੱਤ ਚ ਬੜੀ ਚਿੰਤਾ, ਸਭ ਤੋਂ ਜ਼ਿਆਦਾ ਫਿਕਰ ਮਾਂ ਗੰਗਾ ਦੇ ਚਿੱਤ ਵਿੱਚ ਹੈ। ਮਾਂ ਦੀਆਂ ਆਂਤਾਂ ਬੜੀਆਂ ਕੋਮਲ ਹੁੰਦੀਆਂ ਹਨ ਤੇ ਮਾਤਾ ਦੇ ਚਿੱਤ ਵਿੱਚ ਬੜੀ ਭਾਰੀ ਚਿੰਤਾ, ਅਰਦਾਸ ਇਹੀ ਕਰਦੇ ਹਰ ਵੇਲੇ, ਸਤਿਗੁਰੂ ਹੇ ਆਨੰਦ ਦੇ ਮੂਲ, ਧੰਨ ਗੁਰੂ ਨਾਨਕ ਸਾਹਿਬ ਜੀ, ਮੇਰੇ ਲਾਲ ਦੀ ਸਹਾਇਤਾ ਕਰੋ, ਮੇਰੇ ਲਾਲ ਦੀ ਰੱਖਿਆ ਕਰੋ। ਬਾਰ ਬਾਰ ਮਾਤਾ ਜੀ ਅਰਦਾਸਾਂ ਕਰਦੇ ਨੇ। ਮੈਂ ਦੀਨ ਮੋਤ ਏ ਦਰਬ ਮੋਰ, ਹੇ ਪ੍ਰਭੂ ਜੀ ਮੈਂ ਬੜੀ ਗਰੀਬ ਹਾਂ, ਮੈਂ ਗਰੀਬਣੀ ਦਾ ਧਨ ਤਾਂ ਇਹੀ ਨੇ ਸ੍ਰੀ ਹਰਗੋਬਿੰਦ ਜੀ, ਮੇਰਾ ਧਨ ਮੇਰੀ ਸੰਪਦਾ ਮੇਰੀ ਵਿਭੂਤੀ ਤਾਂ ਇਹੀ ਹਨ। ਦੁੱਖ ਹਰੋ ਆਪ ਇਹ ਅਧਿਕ ਘੋਰ, ਇਹ ਬੜਾ ਭਿਆਨਕ ਦੁੱਖ ਹੈ, ਵੇਖ ਨਹੀਂ ਪਿਆ ਹੁੰਦਾ, ਸਾਰਾ ਸਰੀਰ ਫਲੂਆਂ ਨਾਲ ਭਰਿਆ ਹੋਇਆ, ਨੇਤਰ ਨਹੀਂ ਪਏ ਉਘੇੜਦੇ। ਵੈਦ ਕਹਿੰਦੇ ਨੇ ਹੋ ਸਕਦਾ ਇਹਨਾਂ ਦੀਆਂ ਅੱਖਾਂ ਚਲੀਆਂ ਜਾਣ, ਉਹ ਵੀ ਆ ਕੇ ਡਰਾਵਾ ਪਾਉਂਦੇ, ਡਰ ਦਿੰਦੇ ਨੇ। ਹੇ ਅਕਾਲ ਪੁਰਖ ਇਹ ਘੋਰ ਦੁੱਖ ਮੇਰੇ ਕੋਲੋਂ ਵੇਖ ਨਹੀਂ ਹੁੰਦਾ। ਕਰਨਾ ਨਿਦਾਨ ਜ਼ਾਹਰ ਜਾਨ, ਦੀਨਾਨ ਨਾਥ ਸੁਖ ਕਰ ਸੁਜਾਨ, ਕਿਰਪਾ ਕਰਕੇ ਦੁੱਖ ਹਰ ਲਓ, ਇਹ ਬੜਾ ਭਿਆਨਕ ਦੁੱਖ ਹੈ, ਹਰ ਲਵੋ। ਹੇ ਕਰਨਾ ਨਿਧਾਨ ਤੁਹਾਡੀ ਕਰਨਾ ਸਾਰੇ ਜਗਤ ਵਿੱਚ ਜਹਾਨ ਵਿੱਚ ਜ਼ਾਹਰ ਪ੍ਰਗਟ ਹੈ, ਤੁਸੀਂ ਦੀਨਾਂ ਦੇ ਨਾਥ ਹੋ। ਹੇ ਅਕਾਲ ਪੁਰਖ ਦੀਨਾਂ ਦੇ ਨਾਥ, ਕਿਰਪਾ ਕਰਕੇ ਸੁਖ ਬਖਸ਼ੋ, ਸੁਖ ਦੀ ਦਾਤ ਬਖਸ਼ੋ। ਤਿਨ ਰਹਿਣ ਬੈਨ ਬਿਨ ਚੈਨ ਏਵ, ਗੰਗਾ ਪਨੰਤ ਜਸ ਦੇਵ ਦੇਵ। ਰਾਤ ਦਿਨ ਬਿਨਾਂ ਚੈਨ ਤੋਂ ਮਾਤਾ ਗੰਗਾ ਜੀ ਇਹੀ ਅਰਦਾਸ ਕਰਦੇ, ਹੇ ਦੇਵਾਂ ਦੇ ਦੇਵ, ਹੇ ਗੁਰੂ ਨਾਨਕ ਸਾਹਿਬ, ਹੇ ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ, ਕਿਰਪਾ ਕਰੋ, ਦਇਆ ਕਰੋ, ਹੇ ਦੇਵਾਂ ਦੇ ਦੇਵ ਦਇਆ ਕਰੋ। ਬਾਰ ਬਾਰ ਮਾਤਾ ਗੰਗਾ ਜੀ ਇਹੀ ਅਰਜੋਈਆਂ ਅਰਦਾਸਾਂ ਰਾਤ ਦਿਨ ਲਗਾਤਾਰ ਕਰਦੇ ਹਨ। ਦੀਰਘ ਉਸਾਸ ਲੈ ਬਾਰ ਬਾਰ, ਦ੍ਰਿਗ ਪਰਤ ਟਰਤ ਬਹੁ ਬੂੰਦ ਬਾਰ। ਦੀਰਘ ਸਾਹ ਦੀਰਘ ਹੋਕੇ ਮਾਤਾ ਜੀ ਬਾਰ ਬਾਰ ਭਰਦੇ,
ਅੱਖਾਂ ਭਰ ਭਰ ਕੇ ਆਉਂਦੀਆਂ ਤੇ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਜਲ ਵਹਿੰਦਾ ਮਾਂ ਗੰਗਾ ਦੇ। ਹਰ ਵੇਲੇ ਨੇਤਰ ਭਰੇ ਰਹਿੰਦੇ, ਕਦੇ ਦੀਰਘ ਜਿਹਾ ਹੋਕਾ ਭਰਦੇ ਤੇ ਨਾਲ ਅੱਖਾਂ ਭਰ ਆਉਂਦੀਆਂ ਤੇ ਅੱਖਾਂ ਵਿੱਚੋਂ ਪਾਣੀ ਦੀਆਂ ਬੂੰਦਾਂ ਢਲਦੀਆਂ ਹਨ। ਸੁਤ ਅੰਗ ਬਿਲੋਕਤ ਟੱਕ ਲਗਾਏ, ਕਬ ਅਮਨੀ ਪਿਖੈ ਨਿਸ਼ਚਲ ਰਹਾਏ। ਪੁੱਤਰ ਦੇ ਅੰਗਾਂ ਵੱਲ ਇੱਕ ਟਕੀ ਲਾ ਕੇ ਵੇਖੀ ਜਾਂਦੇ ਮਾਤਾ ਗੰਗਾ ਜੀ, ਔਰ ਕਦੇ ਧਰਤੀ ਵੱਲ ਨਿਗਾਹ ਟਿਕਾ ਲੈਂਦੇ, ਕਦੇ ਸ੍ਰੀ ਹਰਗੋਬਿੰਦ ਸਾਹਿਬ ਵੱਲ ਵੇਖਦੇ ਤੇ ਮਨ ਚ ਵੇਖਿਆ ਨਹੀਂ ਜਾਂਦਾ, ਇਕਦਮ ਅੱਖਾਂ ਨੀਵੀਆਂ ਕਰਕੇ ਧਰਤੀ ਵੱਲ ਨਿਗਾਹ ਟਿਕਾ ਕੇ ਧਰਤੀ ਨੂੰ ਵੇਖੀ ਜਾਂਦੇ ਨੇ। ਬੋ ਭਈ ਦੂਬਰੀ ਦੇ ਜਾਨ ਰਹੇ ਬੈਠ ਨਿਕਟ ਸੁਖ ਮੋਨ ਤਾਏ। ਔਰ ਕਹਿੰਦੇ ਮਾਤਾ ਜੀ ਦੀ ਦੇਹ ਵੀ ਬੜੀ ਦੁਬਲੀ ਹੋ ਗਈ ਹੈ। ਮਾਤਾ ਦੇ ਚਿੱਤ ਵਿੱਚ ਵੀ ਚਿੰਤਾ ਸੀ, ਸ੍ਰੀ ਹਰਗੋਬਿੰਦ ਸਾਹਿਬ ਦਾ ਸਰੀਰ ਵੀ ਦੁਬਲਾ ਕਮਜ਼ੋਰ ਹੋ ਗਿਆ, ਕਿਉਂਕਿ ਪੰਜਾਂ ਦਿਨਾਂ ਚੋਂ ਕੁਝ ਖਾਧਾ ਪੀਤਾ ਨਹੀਂ, ਦੁਬਲਾ ਸਰੀਰ ਹੋ ਗਿਆ। ਤੇ ਸਤਿਗੁਰੂ ਜੀ ਦੇ ਕੋਲ ਮਾਤਾ ਗੰਗਾ ਜੀ ਚੁੱਪ ਕਰਕੇ ਹਰ ਵੇਲੇ ਬੈਠੇ ਰਹਿੰਦੇ ਨੇ। ਮਾਤਾ ਜੀ ਦਾ ਵੀ ਚਿੱਤ ਨਹੀਂ ਕਰਦਾ ਕੁਝ ਖਾਣ ਤੇ ਪੀਣ ਨੂੰ। ਇਮ ਪੰਜ ਦਿਵਸ ਲਗ ਦੁੱਖ ਵਿਸਾਲ ਸਭ ਕੁਟੰਬ ਦਾਸ ਦਾਸੀਨ ਜਾਲ। ਪੰਜ ਦਿਨਾਂ ਤੱਕ ਬੜਾ ਵਿਸ਼ਾਲ ਦੁੱਖ ਆਇਆ, ਔਰ ਇਸ ਦੁੱਖ ਕਰਕੇ ਦਾਸੀਆਂ ਦਾਸ ਸਭ ਦੇ ਚਿੱਤ ਦੁਖੀ ਨੇ, ਸਭ ਦਾ ਮਨ ਦੁਖੀ ਹੈ, ਘਰ ਵਿੱਚ ਹਰ ਇੱਕ ਦਾ ਚਿੱਤ ਦੁੱਖ ਦੇ ਨਾਲ ਪੀੜਾ ਨਾਲ ਪੀੜਿਤ ਹੈ। ਨਹਿ ਕਰਤ ਕੋਈ ਰੁਚ ਸੋ ਆਹਾਰ, ਕੋਈ ਵੀ ਰੁਚੀ ਨਾਲ ਭੋਜਨ ਨਹੀਂ ਛਕਦਾ, ਨਾ ਕੋਈ ਦਾਸੀ ਤੇ ਨਾ ਕੋਈ ਦਾਸ, ਲੰਗਰ ਪ੍ਰਸ਼ਾਦਾ ਪੱਕਦਾ ਉਸੇ ਤਰ੍ਹਾਂ ਥਾਲ ਭਰੇ ਰਹਿ ਜਾਂਦੇ ਨੇ, ਕਿਸੇ ਦਾ ਚਿੱਤ ਨਹੀਂ ਕਰਦਾ ਪ੍ਰਸ਼ਾਦਾ ਛਕਣ ਨੂੰ ਵੀ। ਉਦ ਬਿਘਨ ਦੇ ਕਰਨੇ ਸੰਭਾਲ, ਬੜੇ ਉਦ ਬਿਘਨ ਹੋ ਰਹੇ ਨੇ, ਔਰ ਕਿਸੇ ਨੂੰ ਆਪਣੇ ਚਿੱਤ ਦੀ ਸਰੀਰ ਦੀ ਕੋਈ ਸੰਭਾਲ ਨਹੀਂ, ਸਭ ਦੇ ਚਿੱਤ ਚ ਇੱਕੋ ਫਿਕਰ ਸ੍ਰੀ ਹਰਗੋਬਿੰਦ ਸਾਹਿਬ ਦਾ ਲੱਗਾ ਹੋਇਆ। ਨਿਸ ਮੈਂ ਨਾ ਸੁਭ ਬੋ ਰਹਿਤ ਜਾਗ, ਮਾਤਾ ਗੰਗਾ ਜੀ ਰਾਤ ਨੂੰ ਸੌਂਦੇ ਨਹੀਂ, ਸਾਰੀ ਰਾਤ ਸ੍ਰੀ ਹਰਗੋਬਿੰਦ ਸਾਹਿਬ ਦੇ ਕੋਲ ਬੈਠੇ ਰਹਿੰਦੇ, ਔਰ ਉਹਨਾਂ ਕੋਲ ਬੈਠੇ ਜਾਗਦਿਆਂ ਰਹਿੰਦੇ ਹਨ। ਕਰ ਗੰਗ ਪੁੱਤਰ ਬਾਤੈ ਸੁਭਾਗ, ਔਰ ਇਧਰ ਜਿਹੜੇ ਦਾਸੀਆਂ ਦਾਸ ਉਹਨਾਂ ਨੂੰ ਵੀ ਕਿੱਥੇ ਨੀਂਦ ਆਉਂਦੀ ਆ ਘਰ ਵਿੱਚ, ਉਹ ਵੀ ਸਾਰੀ ਰਾਤ ਮਾਤਾ ਗੰਗਾ ਦੇ ਲਾਲ ਸ੍ਰੀ ਹਰਗੋਬਿੰਦ ਸਾਹਿਬ ਦੀਆਂ ਗੱਲਾਂ ਕਰਦੇ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਘਰ ਚ ਰੌਣਕ ਲਾਈ ਰੱਖਦੇ ਸਨ, ਕਿਵੇਂ ਖੇਡਾਂ ਖੇਡਦੇ ਸਨ, ਸਾਡੇ ਨਾਲ ਵਚਨ ਕਰਦੇ ਸਨ, ਅੱਜ ਪੰਜ ਦਿਨ ਹੋ ਗਏ ਉੱਠ ਕੇ ਨਹੀਂ ਵੇਖਿਆ, ਸਾਡੇ ਨਾਲ ਕੋਈ ਵਚਨ ਨਹੀਂ ਕੀਤਾ, ਏਦਾਂ ਉਹ ਦਾਸੀਆਂ ਦਾਸ ਸ੍ਰੀ ਹਰਗੋਬਿੰਦ ਸਾਹਿਬ ਜੀ ਬਾਰੇ ਗੱਲਾਂ ਕਰਦੇ। ਗੁਰੂ ਅਰਜਨ ਟਿਗ ਪਾਖੰਤ ਜਾਏ, ਦਿਨ ਰਹਿਣ ਗੰਗ ਨੈ ਅਸਨ ਖਾਏ। ਦਾਸੀਆਂ ਦਾਸ ਮਾਤਾ ਗੰਗਾ ਜੀ ਦੀ ਹਾਲਤ ਵੇਖ ਕੇ ਗੁਰੂ ਅਰਜਨ ਸਾਹਿਬ ਕੋਲ ਗਏ, ਪੰਜਵੇਂ ਪਾਤਸ਼ਾਹ ਨੂੰ ਜਾ ਕੇ ਦਾਸਾਂ ਨੇ ਬੇਨਤੀ ਕੀਤੀ, ਮਹਾਰਾਜ ਮਾਤਾ ਗੰਗਾ ਜੀ ਦਿਨ ਰਾਤ ਬਤੀਤ ਜਾਗਦੇ ਰਹਿੰਦੇ, ਔਰ ਮਾਤਾ ਜੀ ਨੇ ਭੋਜਨ ਦੀ ਬੁਰਕੀ ਮੂੰਹ ਚ ਪਾ ਕੇ ਨਹੀਂ ਵੇਖੀ, ਅੱਜ ਪੰਜ ਦਿਨ ਹੋ ਗਏ ਨੇ, ਮਾਤਾ ਦਾ ਚਿੱਤ ਵੀ ਨਹੀਂ ਕਰਦਾ ਪ੍ਰਸ਼ਾਦਾ ਛਕਣ ਨੂੰ। ਮਹਾਰਾਜ ਮਾਤਾ ਜੀ ਨੇ ਅੱਜ ਪ੍ਰਸ਼ਾਦਾ ਨਹੀਂ ਛਕਿਆ, ਤਕਰੀਬਨ ਪੰਜ ਦਿਨ ਹੋ ਚੱਲੇ ਹਨ। ਸੁਣ ਦੇਤ ਤੀਰ ਨੈ ਕਰੋ ਉਤਰਾਤ, ਇੱਕ ਪਾਰ ਬ੍ਰਹਮ ਕੀ ਤਰੋ ਆਤ। ਅਰਜਨ ਸਾਹਿਬ ਸੱਚੇ ਪਾਤਸ਼ਾਹ ਜੋ ਜਾਣੀ ਜਾਣ ਜਾਣਦੇ ਨੇ ਅੱਗੇ ਕੀ ਹੋਣਾ, ਮਹਾਰਾਜ ਜੀ ਹੌਸਲਾ ਦਿੰਦੇ, ਗੰਗਾ ਜੀ ਨੂੰ ਵੀ ਹੌਸਲਾ ਦਿੰਦੇ, ਦਾਸੀਆਂ ਦਾਸਾਂ ਨੂੰ ਵੀ ਹੌਸਲਾ ਦਿੰਦੇ, ਭਾਈ ਧੀਰਜ ਰੱਖੋ, ਹੌਸਲਾ ਰੱਖੋ, ਮਨ ਚ ਡਰੋ ਨਾ, ਭੈ ਨਾ ਰੱਖੋ, ਇੱਕ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਆਸ ਰੱਖੋ ਆਪਣੇ ਮਨ ਚ, ਡਰ ਨਾ ਕਰੋ, ਹਿਰਦੇ ਚ ਭੈ ਨਾ ਕਰੋ, ਪਾਰ ਬ੍ਰਹਮ ਪਰਮੇਸ਼ਰ ਦੀ ਅਕਾਲ ਪੁਰਖ ਦੀ ਆਸ ਆਪਣੇ ਹਿਰਦੇ ਚ ਰੱਖੋ। ਗੁਰੂ ਨਾਨਕ ਇਨਕੇ ਨਿਤ ਸਹਾਏ, ਜਿਨ ਨਾਮ ਜਪੇ ਸਭ ਕਸ਼ਟ ਜਾਏ। ਧੰਨ ਗੁਰੂ ਨਾਨਕ ਸਾਹਿਬ ਜੀ ਨਿਤ ਇਹਨਾਂ ਦੀ ਸਹਾਇਤਾ ਕਰਦੇ ਨੇ, ਗੁਰੂ ਨਾਨਕ ਸਾਹਿਬ ਆਪ ਇਹਨਾਂ ਦੇ ਸਹਾਇਕ ਨੇ, ਸ੍ਰੀ ਹਰਗੋਬਿੰਦ ਜੀ ਦੇ ਇਹਨਾਂ ਦੀ ਰੱਖਿਆ ਗੁਰੂ ਨਾਨਕ ਸਾਹਿਬ ਕਰਦੇ, ਜਿਨ ਨਾਮ ਜਪੇ ਸਭ ਕਸ਼ਟ ਜਾਏ, ਗੁਰੂ ਨਾਨਕ ਸਾਹਿਬ ਦਾ ਨਾਂ ਜਪੀਏ ਤੇ ਸਾਰੇ ਕਸ਼ਟ ਚਲੇ ਜਾਂਦੇ ਨੇ, ਐਸੇ ਗੁਰੂ ਨਾਨਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰਖਵਾਲੇ ਹਨ। ਬਹੁ ਇਸ ਪ੍ਰਕਾਰ ਤਿਸ ਕੋ ਸੁਣਾਏ, ਹੈ ਏਕ ਪੁੱਤਰ
ਹਕਿਮ ਚੈਨ ਪਾਏ। ਕਹਿੰਦੇ ਇਸ ਤਰ੍ਹਾਂ ਜਾ ਕੇ ਦਾਸੀਆਂ ਦਾਸ ਮਾਤਾ ਗੰਗਾ ਜੀ ਨੂੰ ਹੌਸਲਾ ਦਿੰਦੇ, ਗੁਰੂ ਅਰਜਨ ਸਾਹਿਬ ਦੇ ਬਚਨ ਵੀ ਸੁਣਾਉਂਦੇ, ਪਰ ਮਾਤਾ ਨੂੰ ਚੈਨ ਕਿੱਥੇ ਮਿਲਦਾ? ਕਹਿੰਦੇ ਇੱਕੋ ਪੁੱਤਰ ਹੈ ਮੇਰਾ, ਉਹ ਵੀ ਰੋਗੀ ਹੋ ਕੇ ਮੇਰੀਆਂ ਅੱਖਾਂ ਸਾਹਮਣੇ ਪਿਆ, ਮੇਰੇ ਮਨ ਨੂੰ ਚੈਨ ਕਿਵੇਂ ਮਿਲੇ, ਮੇਰੇ ਚਿੱਤ ਨੂੰ ਧੀਰਜ ਕਿਵੇਂ ਮਿਲੇ? ਜਬ ਦਿਵਸ ਖਸ਼ਟਮੋ ਪਾਪਤੀਤ, ਤਿਸ ਰਾਤ ਫਿਰੀ ਮੁਰਝਾਨ ਕੀਤ। ਜਦੋਂ ਛੇਵਾਂ ਦਿਨ ਵੀ ਬਤੀਤ ਹੋ ਗਿਆ ਨਾ, ਹੁਣ ਮਹਾਰਾਜ ਜੀ ਦੀ ਕਿਰਪਾ ਵਰਤੀ, ਛੇਵਾਂ ਦਿਨ ਜਦੋਂ ਬਤੀਤ ਹੋ ਗਿਆ ਤੇ ਛੇਵੀਂ ਰਾਤ ਨੂੰ ਸ਼ੀਤਲਾ ਮੋੜਾ ਖਾਣ ਲੱਗ ਪਈ। ਕਹਿੰਦੇ ਉਸ ਰਾਤ ਛੇਵੀਂ ਰਾਤ ਨੂੰ ਕਹਿੰਦੇ ਸ਼ੀਤਲਾ ਨੇ ਮੋੜਾ ਖਾਧਾ ਹੈ। ਤਬ ਪਈ ਪ੍ਰਾਤ ਉਦਿਆਂਤ ਪਾਨ, ਸ਼੍ਰੀ ਹਰਗੋਬਿੰਦ ਅੱਖੀਆਂ ਮਹਾਨ। ਰਾਤ ਬਤੀਤ ਹੋ ਗਈ, ਸੱਤਵਾਂ ਦਿਨ ਚੜਿਆ ਤੇ ਸੱਤਵੇਂ ਦਿਨ ਜਦੋਂ ਸੂਰਜ ਚੜਿਆ ਤੇ ਸੂਰਜ ਦੀ ਲੋ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸੱਤਵੇਂ ਦਿਨ ਅੱਜ ਆਪਣੀਆਂ ਅੱਖਾਂ ਖੋਲੀਆਂ ਨੇ, ਮੇਰੇ ਸਾਹਿਬ ਦੇ ਨੇਤਰ ਖੁੱਲੇ ਨੇ। ਜਿਵੇਂ ਸੂਰਜ ਖਿੜਦਾ ਏਦਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇਤਰ ਕਮਲ ਖਿੜੇ ਹਨ। ਬਿਗਸੇ ਵਿਸਾਲ ਜਨ ਕਮਲ ਪੱਤਰ, ਬਿਖਮਾਤ ਆਨੰਦ ਅਤ ਭਾਵ ਚਿੱਤਰ। ਅੱਜ ਸੱਤਵੇਂ ਦਿਨ ਅੱਖਾਂ ਖੁੱਲੀਆਂ, ਗੁਰੂ ਹਰਗੋਬਿੰਦ ਸਾਹਿਬ ਨੇ ਨੇਤਰ ਖੋਲੇ। ਜਦੋਂ ਨੇਤਰ ਖੋਲੇ ਤੇ ਵੇਖ ਕੇ ਮਾਤਾ ਗੰਗਾ ਦੇ ਚਿੱਤ ਚ ਬੜਾ ਹੁਲਾਸ ਪੈਦਾ ਹੋਇਆ, ਮਾਤਾ ਜੀ ਦਾ ਚਿੱਤ ਬੜਾ ਆਨੰਦਿਤ ਹੋਇਆ। ਕੁਛ ਪਾਪ ਪਰੋਸ ਦ੍ਰਿਗਰਹਿ ਆਦੋਸ਼, ਸੁਤ ਕੋ ਸਰੀਰ ਕੀ ਆਏ ਹੋਸ਼। ਮਾਤਾ ਜੀ ਨੂੰ ਭਰੋਸਾ ਵੱਜ ਗਿਆ ਵੀ ਮੇਰੇ ਪੁੱਤਰ ਦੀਆਂ ਅੱਖਾਂ ਠੀਕ ਨੇ, ਗੁਰੂ ਨਾਨਕ ਸਾਹਿਬ ਤੁਹਾਡਾ ਸ਼ੁਕਰ ਹੈ। ਡਰ ਸੀ ਵੀ ਕਿਤੇ ਅੱਖਾਂ ਨਾ ਜਾਂਦੀਆਂ ਰਹਿਣ, ਪਰ ਅੱਜ ਜਦੋਂ ਅੱਖਾਂ ਖੋਲੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਮਾਤਾ ਜੀ ਬੜੇ ਖੁਸ਼ ਹੋਏ, ਭਰੋਸਾ ਵੱਜ ਗਿਆ ਕਿ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀਆਂ ਅੱਖਾਂ ਆਦੋਸ਼ ਨੇ, ਹੁਣ ਸਹਿਜੇ ਸਹਿਜੇ ਇਹਨਾਂ ਨੂੰ ਆਪਣੇ ਸਰੀਰ ਦੀ ਵੀ ਹੋਸ਼ ਆ ਰਹੀ ਹੈ। ਕੁਛ ਅਲਪਕੀਨ ਮੁੱਖ ਖਾਨ ਪਾਨ, ਇੱਕ ਸਭ ਕੁਟੰਬ ਬਦ ਮੋਦ ਠਾਨ। ਅੱਜ ਸੱਤਵੇਂ ਦਿਨ ਸਤਿਗੁਰਾਂ ਨੇ ਕੁਝ ਖਾਨ ਪਾਨ ਵੀ ਕੀਤਾ, ਥੋੜਾ ਥੋੜਾ ਜਲ ਪਾਣੀ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਛਕਿਆ, ਛੇ ਦਿਨ ਤਾਂ ਛਕਿਆ ਹੀ ਨਹੀਂ ਸੀ ਕੁਝ, ਸੱਤਵੇਂ ਦਿਨ ਅੱਜ ਕੁਝ ਖਾਨ ਪਾਨ ਵੀ ਕੀਤਾ ਤੇ ਸਾਰੇ ਕੁਟੰਬ ਦੇ ਘਰ ਵਿੱਚ ਖੁਸ਼ੀ ਵਰਤ ਗਈ, ਖੇੜਾ ਵਰਤ ਗਿਆ। ਇਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਸ਼ੀਤਲਾ ਮੁੜ ਗਈ ਹੈ, ਰੋਗ ਨੂੰ ਮੋੜਾ ਪੈ ਗਿਆ ਹੈ। ਔਰ ਭੇ ਸਰੀਰ ਬੋਲਤ ਪ੍ਰਸੰਨ, ਸਭ ਕਹਿ ਗੁਰੂ ਨਾਨਕ ਜੀ ਧੰਨ। ਮਨ ਤੇ ਹਿਰਦੇ ਚ ਧੀਰਜ, ਸਭ ਪ੍ਰਸੰਨ ਹੋ ਕੇ ਬੋਲਦੇ ਗੁਰੂ ਨਾਨਕ ਸਾਹਿਬ ਧੰਨ ਨੇ, ਗੁਰੂ ਨਾਨਕ ਸਾਹਿਬ ਧੰਨ ਹਨ, ਧੰਨ ਹਨ। ਸਭ ਦੀ ਰਸਨਾ ਤੋਂ ਇਹ ਸ਼ਬਦ ਨਿਕਲੇ। ਦੁੱਖ ਸਮੇਂ ਆਨ ਹੋਏ ਸਹਾਏ, ਨਿਜ ਦਾਸ ਜਾਨ ਲੀਨਸ ਬਚਾਏ। ਦੁੱਖ ਦੇ ਸਮੇਂ ਆ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਹਾਇਤਾ ਕੀਤੀ ਹੈ ਕਿ ਆਪਣਾ ਦਾਸ ਜਾਣ ਕੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬਚਾ ਲਿਆ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪਣਾ ਦਾਸ ਜਾਣ ਕੇ ਰੱਖ ਲਿਆ ਹੈ। ਇਸ ਤਰ੍ਹਾਂ ਸਾਰੇ ਦਾਸੀਆਂ ਦਾਸ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਧੰਨ ਕਹਿ ਕੇ ਸਲਾਹ ਰਹੇ ਨੇ, ਸ਼ੁਕਰ ਕਰ ਰਹੇ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ। ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਅਰੋਗਤਾ ਗੁਰੂ ਅਰਜਨ ਸਾਹਿਬ ਜੀ ਤੱਕ ਵੀ ਖਬਰ ਪਹੁੰਚੀ, ਮੇਰੇ ਸਾਹਿਬ ਨੇ ਸ਼ੁਕਰਾਨਾ ਕਰਦਿਆਂ ਸ਼ਬਦ ਉਚਾਰਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ